ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹੈ ਜੀ, ਲੈ ਕੇ ਪ੍ਰੋਗਰਾਮ ਜਿਹਦੇ ਵਿੱਚ ਰੋਜ਼ ਕੋਸ਼ਿਸ਼ ਕਰੀ ਦੀ ਹੈ ਕਿਸੇ ਨਾ ਕਿਸੇ ਨਵੇਂ ਗੈਸਟ ਨੂੰ, ਨਵੇਂ ਐਕਸਪਰਟ ਨੂੰ ਸੱਦਾ ਦਈਏ ਤਾਂ ਕਿ ਉਹ ਆਪਣੇ ਐਕਸਪੀਰੀਅੰਸ ਦੇ ਸਦਕੇ ਸਟੂਡੈਂਟ ਵੀਜ਼ਾ ਸੰਬੰਧੀ ਜਿਹੜੇ ਵਿਦਿਆਰਥੀ ਦੇਸ਼ ਤੋਂ ਪ੍ਰਦੇਸ਼ ਜਾਣਾ ਚਾਹੁੰਦੇ ਨੇ, ਜਿਹੜੀ ਵੀ ਉਹਨਾਂ ਦੀ ਕੁਐਰੀਜ਼ ਨੇ ਉਹ ਸਾਂਝੀਆਂ ਕਰ ਸਕਣ ਇੱਕ ਜਵਾਬ ਦੇ ਰੂਪ ਵਿੱਚ, ਜਿਹੜੇ ਆਪਣੇ ਐਕਸਪੀਰੀਅੰਸ ਦੇ ਸਦਕੇ ਤੁਹਾਨੂੰ ਸ਼ੋਅ ਦੇ ਦੁਆਰਾ ਐਕਸਪਰਟ ਦੁਆਰਾ ਦਿੱਤੇ ਜਾਂਦੇ ਆ। ਸੋ ਇਸੇ ਕੋਸ਼ਿਸ਼ ਦੇ ਤਹਿਤ ਅੱਜ ਵੀ ਅਸੀਂ ਇੱਕ ਸੱਦਾ ਦਿੱਤਾ ਐਕਸਪਰਟ ਨੂੰ, ਜਿਹੜੇ ਸਾਡੇ ਸ਼ੋਅ 'ਚ ਤਾਂ ਪਹਿਲੀ ਵਾਰੀ ਜੁੜੇ ਆ ਪਰ ਇਸ ਇਮੀਗ੍ਰੇਸ਼ਨ ਲਾਈਨ ਦੇ ਨਾਲ ਜਿਹੜੀ ਸਟੂਡੈਂਟ ਵੀਜ਼ਾ ਦੇ ਨਾਲ ਕਾਫੀ ਦੇਰ ਤੋਂ ਸਰਵਿਸਿਜ਼ ਦੇ ਨਾਲ ਜੁੜੇ ਹੋਏ ਆ, ਸਟੂਡੈਂਟਸ ਨੂੰ ਦਿੰਦੇ ਆ ਰਹੇ ਆ। ਜਿਨ੍ਹਾਂ ਨੇ ਉਹਨਾਂ ਦੀ ਸਰਵਿਸ ਲਈਆਂ ਉਹ ਤਾਂ ਇਸ ਕੰਪਨੀ ਨੂੰ ਕਾਫੀ ਵਧੀਆ ਤਰ੍ਹਾਂ ਜਾਣਦੇ ਹੋਣੇ ਆ, ਉਹਨਾਂ ਦੀ ਕਾਫੀ ਬ੍ਰਾਂਚਿਜ਼ ਨੇ ਕੰਪਨੀ ਬਾਰੇ, ਸਾਰਾ ਗੱਲ ਕਰਾਂਗੇ। ਪਹਿਲੇ ਤੁਹਾਨੂੰ ਉਹਨਾਂ ਨਾਲ ਮਿਲਾ ਦਈਏ। ਉਹਨੇ ਜੀ ਫਿਊਚਰ ਪੁਆਇੰਟ ਐਜੂ ਟੈਕ ਪ੍ਰਾਈਵੇਟ ਲਿਮਿਟਡ ਤੋਂ ਲਵਿਸ਼ ਕਾਲੀਆ ਜੀ, ਲਵਿਸ਼ ਜੀ ਬਹੁਤ ਬਹੁਤ ਸਵਾਗਤ। ਨਮਸਕਾਰ ਅਮਨ ਜੀ, ਅਤੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਲਵੀ ਜੀ, ਤੁਸੀਂ ਪਹਿਲੀ ਵਾਰੀ ਸਾਡੇ ਸ਼ੋਅ ਦੇ ਵਿੱਚ ਜੁੜੇ ਹੋ, ਅਤੇ ਮੈਂ ਸ਼ੁਰੂਆਤ ਇੱਥੇ ਕਰਨਾ ਚਾਹੂੰਗਾ ਫਿਊਚਰ ਪੁਆਇੰਟ ਤੋਂ ਜੀ। ਫਿਊਚਰ ਜਿਹੜਾ ਦੇਸ਼ ਤੋਂ ਪਰਦੇਸ਼ ਜਿਹੜਾ ਸਟੂਡੈਂਟ ਚੱਲਿਆ, ਉਹ ਬੜਾ ਸੀਰੀਅਸ ਮੁੱਦਾ ਉਸ ਚੀਜ਼ ਦਾ, ਬਿਲਕੁਲ। ਅਤੇ ਉਹ ਆਪਣਾ ਕੰਪਨੀ ਦਾ ਨਾਮ ਵੀ ਤੁਹਾਡਾ ਉੱਥੇ ਸ਼ੁਰੂ ਹੁੰਦਾ, ਥੋੜ੍ਹਾ ਜਿਹਾ ਕੰਪਨੀ ਬਾਰੇ ਇੰਟਰਵਿਊ ਮੈਂ ਕਹੂੰਗਾ ਸਟੂਡੈਂਟ ਨਾਲ ਸਾਂਝੀ ਕਰ ਲਈਏ। ਅਗਰ ਆਪਾਂ ਗੱਲ ਕਰੀਏ ਕੰਪਨੀ ਬਾਰੇ, ਤਾਂ ਫਿਊਚਰ ਪੁਆਇੰਟ ਐਡੂਟੈਕ ਪ੍ਰਾਈਵੇਟ ਲਿਮਿਟਡ ਜਿਹੜੀ ਕਿ ਅਸੀਂ ਐਸਟੈਬਲਿਸ਼ ਕੀਤੀ ਸੀ ਸੰਨ 2007 ਨਵੰਬਰ ਦੇ ਵਿੱਚ, ਅਸੀਂ ਜਲੰਧਰ ਤੋਂ ਕੰਮ ਸਟਾਰਟ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਅੱਜ ਦੀ ਡੀਲ ਦੇ ਵਿੱਚ ਡੇਟ ਦੇ ਵਿੱਚ ਜਿਹੜੀਆਂ ਕੰਟਰੀਜ਼ ਨੂੰ ਅਸੀਂ ਡੀਲ ਕਰਦੇ ਹਾਂ, ਦੈਟ ਇਜ਼ ਓਨਲੀ ਯੂਕੇ, ਕੈਨੇਡਾ, ਨਿਊਜ਼ੀਲੈਂਡ ਔਰ ਆਸਟ੍ਰੇਲੀਆ। ਅਸੀਂ ਚਾਰ ਕੰਟਰੀਜ਼ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਵਾਸਤੇ, ਜਿਹਦੇ ਵਾਸਤੇ ਆਪਾਂ ਕਹਿ ਸਕਦੇ ਹਾਂ ਬੱਚਿਆਂ ਨੂੰ ਪੜ੍ਹਾਈ ਦੇ ਤੌਰ 'ਤੇ ਜੋ ਵੀ ਇੱਕ ਜੈਨੂਨ ਤਰੀਕਾ ਆ ਉਹਦੇ ਰਹਿਨਮੂ ਅਸੀਂ ਬੱਚਿਆਂ ਨੂੰ ਭੇਜਦੇ ਹਾਂ। ਇਸ ਤੋਂ ਇਲਾਵਾ ਅਗਰ ਆਪਾਂ ਫਿਊਚਰ ਪੁਆਇੰਟ ਦੇ ਐਂਡ 'ਤੇ ਗੱਲ ਕਰੀਏ, ਤਾਂ ਇਸ ਦੀਆਂ ਅਲੱਗ ਅਲੱਗ ਜਿਹੜੀਆਂ ਬ੍ਰਾਂਚਿਜ਼ ਹੈਗੀਆਂ ਨੇ, ਜਲੰਧਰ ਦੇ ਵਿੱਚ ਅਸੀਂ ਉਹਦਾ ਹੈੱਡ ਆਫਿਸ ਰੱਖਿਆ ਹੋਇਆ ਆ, ਉਸ ਤੋਂ ਇਲਾਵਾ ਅਸੀਂ ਹੁਸ਼ਿਆਰਪੁਰ ਸਾਡਾ ਆਫਿਸ ਹੈ, ਕਪੂਰਥਲਾ ਸਾਡਾ ਆਫਿਸ ਹੈ, ਨਕੋਦਰ ਸਾਡਾ ਆਫਿਸ ਹੈ, ਦਸੂਹਾ ਅਸੀਂ ਹਲੇ ਥੋੜ੍ਹਾ ਚਿਰ ਹੀ ਹੋਇਆ ਓਪਨ ਕੀਤਾ ਆ। ਸੋ ਤਾਂ ਕਿ ਉੱਥੇ ਦੇ ਵੀ ਜਿਹੜੇ ਵੀ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਉਸ ਸ਼ਹਿਰ ਦੇ ਵਿੱਚ, ਜਿਹੜਾ ਬੱਚਾ ਕਈ ਵਾਰੀ ਕੀ ਹੈ ਅਲੱਗ ਅਲੱਗ ਸ਼ਾਖਾਵਾਂ ਖੋਲਣ, ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਸ਼ਾਖਾਵਾਂ ਖੋਲਣ ਦਾ ਜਿਹੜਾ ਸਾਡਾ ਮੇਨ ਮਕਸਦ ਉਹ ਇਹ ਹੁੰਦਾ ਹੈ ਕਿ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਬੱਸਾਂ ਦੇ ਵਿੱਚ ਟਰੈਵਲ ਨਹੀਂ ਕਰ ਸਕਦੇ, ਜਾਂ ਗਰਮੀ, ਜਾਂ ਅਗਰ ਅੱਜ ਕੱਲ੍ਹ ਦੀ ਪ੍ਰੈਫਰ ਇਹ ਹੁੰਦਾ ਵੀ ਜਿਹੜਾ ਨੇੜੇ ਉੱਥੇ ਲਈਏ। ਸੋ ਜਿਹੜੀਆਂ ਚੀਜ਼ਾਂ ਉਹ ਬੱਚੇ ਕਿਸੇ ਕਾਰਨ ਕਰਕੇ, ਕਈਆਂ ਦੇ ਬੱਚਿਆਂ ਦੇ ਪੇਰੈਂਟਸ ਕਹਿ ਦਿੰਦੇ ਨੇ ਨਹੀਂ ਤੂੰ ਜਲੰਧਰ ਨਹੀਂ ਜਾਣਾ, ਫੋਰ ਐਗਜ਼ਾਮਪਲ ਤੂੰ ਹੋਰ ਕਿਤੇ ਨਹੀਂ ਜਾਣਾ, ਸੋ ਉਹ ਡਿਸਟੈਂਸ ਜਿਹੜਾ ਗੈਪ ਹੋਣ ਕਾਰਨ ਬੱਚੇ ਦਾ, ਇੱਕ ਘੰਟੇ ਦਾ ਜਾਂ ਅੱਧੇ ਘੰਟੇ ਟਰੈਵਲਿੰਗ ਕਰਕੇ, ਅਸੀਂ ਉੱਥੇ ਉਹ ਕੋਸ਼ਿਸ਼ ਕਰੀ ਦੀਏ ਕਿ ਉਹ ਬੱਚੇ ਨੂੰ ਉਸ ਸਿਟੀ ਦੇ ਵਿੱਚ ਉਹ ਚੀਜ਼ ਪ੍ਰੋਵਾਈਡ ਕੀਤੀ ਜਾਵੇ ਜਿਹੜੀ ਉਹ ਬੱਚਾ ਜਲੰਧਰ ਆ ਕੇ ਲੱਭਦਾ। ਕੀਤਾ ਗਿਆ ਸਟੂਡੈਂਟ ਨੂੰ ਬਜਾਏ ਕਿ ਆਪਣੇ ਕੋਲ ਬੁਲਾਉਣ ਦੇ, ਉਹਦੇ ਨੇੜੇ ਜਾ ਕੇ ਆਪ ਉਹਨੂੰ ਇਨਫੋਰਮੇਸ਼ਨ ਦੇ, ਜਿਹੜੀਆਂ ਉਹ ਫੈਸਿਲਿਟੀਆਂ ਜਾ ਕੇ ਜਲੰਧਰ ਲੱਭਦਾ ਆ ਜੋ ਅਸੀਂ ਉਸ ਸਰਾਊਂਡਿੰਗ ਏਰੀਆ ਵਿੱਚ ਕਵਰ ਅਪ ਕਰ ਸਕਦੇ ਹਾਂ ਕਿ ਬੱਚਾ ਉੱਥੇ ਰਹਿ ਕੇ ਉਹ ਕਵਰ ਕਰੇ। ਫਿਊਚਰ ਪੁਆਇੰਟ, ਜਿਹੜਾ ਫਿਊਚਰ ਨਾਲ ਜੁੜਿਆ ਪੁਆਇੰਟ ਹਮੇਸ਼ਾ ਸਟੂਡੈਂਟ ਦੇ ਨਾਲ ਜੁੜਿਆ, ਨੇੜੇ ਜੁੜਿਆ, ਜਿਹੜਾ ਦੇਣ ਦਾ ਇੱਕ ਉਪਰਾਲਾ, ਜਿਹੜਾ ਅਲੱਗ ਅਲੱਗ ਬ੍ਰਾਂਚਿਸ ਖੋਲੀਆਂ ਗਈਆਂ ਨੇ ਪਿਛਲੇ ਤਕਰੀਬਨ 7 ਸਾਲ ਤੋਂ, ਜਿਵੇਂ ਦੱਸਿਆ ਵੀ ਆਫਿਸ ਇਹਨਾਂ ਦੇ ਓਪਨ ਨੇ, ਸਟੂਡੈਂਟ ਸਰਵਿਸਿਜ਼ ਨਾਲ, ਸਟੂਡੈਂਟ ਵੀਜ਼ਾ ਨਾਲ ਜੁੜੇ ਹੋਏ ਨੇ। ਐਕਸਪੀਰੀਅੰਸ ਜਿਹੜਾ ਲਵੀ ਜੀ, ਸਟੂਡੈਂਟ ਵੀਜ਼ਾ ਨਾਲ ਗੱਲ ਕਰੀਏ, ਜਿਹੜੇ ਬੱਚੇ ਦੇਸ਼ ਤੋਂ ਪ੍ਰਦੇਸ਼ ਜਾਣਾ ਚਾਹੁੰਦੇ, ਜਿਹੜੇ 7 ਸਾਲ ਦਾ ਵੱਖ ਵੱਖ ਕਾਫੀ ਐਕਸਪੀਰੀਅੰਸ, ਕਾਫੀ ਉਤਰਾਅ ਚੜਾਓ ਆਏ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕਾਫੀ ਉਤਰਾਅ ਚੜਾਓ, ਚੇਂਜਿਸ, ਹਰ ਚੀਜ਼ ਦੇਖਣ ਨੂੰ ਮਿਲੀਆਂ ਜੀ। ਕਿੱਦਾਂ ਦਾ ਐਕਸਪੀਰੀਅੰਸ ਰਿਹਾ ਇੱਕ ਸਟੂਡੈਂਟ ਨੂੰ ਦੇਖਦੇ ਹੋਏ? ਅਗਰ ਆਪਾਂ ਸਟੂਡੈਂਟ ਦੇ ਐਂਡ ਤੋਂ ਗੱਲ ਕਰੀਏ, ਤੇ ਜਦੋਂ ਦਾ ਅਸੀਂ ਕੰਮ ਨੂੰ ਸਟਾਰਟ ਕੀਤਾ ਹੈ, ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ 2007 ਵਿੱਚ ਅਸੀਂ ਸਟਾਰਟ ਕੀਤਾ ਸੀ, ਆਲਮੋਸਟ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਘਟਦਾ ਜਾ ਰਿਹਾ ਸੀ ਅਤੇ ਇੰਗਲੈਂਡ ਵੱਲ ਨੂੰ ਬੱਚਿਆਂ ਦਾ ਵੀ ਰੁਝਾਨ ਵੱਧ ਰਿਹਾ ਸੀ, ਪਲੱਸ ਉਹਨਾਂ ਦੇ ਵੀਜ਼ਾਜ਼ ਵੀ ਜਿਹਨੂੰ ਆਪਾਂ ਕਹਿ ਦਈਏ ਕਿ ਖੁੱਲ ਰਹੇ ਸੀਗੇ। ਸੋ ਉਸ ਟਾਈਮ ਡਿਊਰੇਸ਼ਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਤਾਂ ਬਹੁਤ ਸਾਰੀਆਂ ਕੰਪਨੀਜ਼ ਵੀ ਸੀਗੀਆਂ ਜਾਂ ਜਿਹੜੀਆਂ ਕਿ ਇੰਗਲੈਂਡ ਦੇ ਵਿੱਚ ਬੱਚਾ ਭੇਜ ਰਹੀਆਂ ਸੀ, ਸਿਰਫ ਇੱਕ ਭੇਡ ਚਾਲ ਵੀ ਲਗਾ ਲਓ, ਉਹ ਟੀਅਰ 4 ਦੇ ਜਿਹੜਾ ਦੌਰ ਸੀਗਾ ਉਹ ਤਾਂ ਕਾਫੀ ਐਸਡੀ ਵਾਲੀ ਦੁਕਾਨਾਂ ਦੇ ਵੀ ਯੂਕੇ ਦੇ ਬੋਰਡ ਲੱਗੇ ਦੇ। ਬਿਲਕੁਲ, ਉਸੇ ਕਰਕੇ ਜਿਹੜਾ ਕੀ ਇਹ ਸਿਸਟਮ ਹੈਗਾ ਆ, ਆਪਣੀ ਇੰਡਸਟਰੀ ਵਿੱਚ ਦੋ ਤਰ੍ਹਾਂ ਦੇ ਬੰਦੇ ਨੇ, ਦੋ ਤਰ੍ਹਾਂ ਦੀਆਂ ਚੀਜ਼ਾਂ ਕਿਹਾ ਲਾਈਆਂ ਜਾਂਦੀਆਂ ਨੇ, ਇੱਕ ਨੂੰ ਆਪਾਂ ਕਹਿ ਦਿੰਦੇ ਹਾਂ ਕੰਸਲਟੈਂਟ ਆ, ਉਹ ਏਜੰਟ ਵੀ ਉਹੀ ਆ ਅਤੇ ਕੰਸਲਟੈਂਟ ਵੀ ਉਹੀ ਆ।
ਇੱਕ ਆਂਦਾ ਜਿਹੜਾ ਜੈਨੂਇਨ ਕੰਮ ਕਰ ਰਿਹਾ ਉਹ ਏਜੰਟ ਵੀ ਕਹਿਲਾ ਲਏਗਾ, ਆਪਣੇ ਆਪ ਨੂੰ ਕੰਸਲਟੈਂਟ ਵੀ ਕਹਿਲਾ ਲਏਗਾ। ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਉਹ ਸਿਰਫ ਏਜੰਟ ਹੀ ਆ, ਉਹਦੇ ਨਾਲ ਦੇ ਨਾਮ ਦੇ ਨਾਲ ਕੰਸਲਟੈਂਟ ਨਹੀਂ ਜੁੜਦਾ। ਰੀਜ਼ਨ ਬੀਇੰਗ ਉਹ ਬੱਚੇ ਦਾ ਫਿਊਚਰ ਨਹੀਂ ਦੇਖ ਰਿਹਾ, ਸਿਰਫ ਉਹ ਆਪਣਾ ਘਰ ਦੇਖ ਰਿਹਾ। ਬੇਸਿਕਲੀ ਕੰਸਲਟੈਂਸੀ ਜਿਹੜੀ ਆ ਉਹ ਕੈਰੀਅਰ ਕਾਉਂਸਲਿੰਗ ਵਜੋਂ ਦੇਖਣੀ ਚਾਹੀਦੀ ਹੈ। ਏਜੰਟੀ ਜਿਹੜੀ ਇੱਕ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਕੀਤਾ ਜਾ ਰਿਹਾ ਏਜੰਟ ਦਾ ਕੰਮ, ਬਿਲਕੁਲ ਜਿਹੜਾ ਆਪਣਾ ਸੇ ਫਾਇਦਾ ਦੇਖਿਆ ਜਾ ਰਿਹਾ। ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਐਸਟੀਡੀ ਵਾਲਿਆਂ ਨੇ ਉਹ ਸਿਸਟਮ ਸ਼ੁਰੂ ਕਰ ਲਿਆ ਸੀ, ਸਾਰਾ ਹੋ ਗਿਆ ਸੀ, ਰੀਜ਼ਨ ਬੀਇੰਗ ਇਹੀ ਸੀਗਾ ਖਰਾਬ, ਜਿਹਦੇ ਕਰਕੇ ਬਾਅਦ ਗੌਰਮੈਂਟ ਵੀ ਟਾਈਮ ਟੂ ਟਾਈਮ ਸਟ੍ਰਿਕਟ ਹੁੰਦੀ ਗਈ, ਬੱਚਿਆਂ ਦੀਆਂ ਰਿਫਿਊਜ਼ਲਸ ਇੱਥੇ ਤੱਕ ਲਾਉਣ ਲੱਗ ਪਈਆਂ ਸੀ, 3 20 A B 10 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
ਦਾ ਨੋਲੇਜ ਹੀ ਹੈਨੀ ਸੀ, ਉਸ ਫੀਲਡ ਦਾ ਕੋਈ ਐਕਸਪੀਰੀਅੰਸ ਹੈਨੀ ਸੀ ਉਹਦੇ ਕੋਲ। ਤੁਸੀਂ ਫੀਲਡ ਦੇ ਐਕਸਪੀਰੀਅੰਸ ਦੀ ਗੱਲ ਕੀਤੀ ਹੈ, ਉਸੇ ਗੱਲ ਤੇ ਆ ਜਾਂਦੇ ਆ ਜੀ। 7 ਸਾਲ ਪਹਿਲਾਂ ਤੇ ਅੱਜ 7 ਸਾਲ ਦਾ ਜਿਹੜਾ ਵਕਤ ਹੈ 2014 ਦਾ ਜੀ, ਬਿਜ਼ਨਸ ਨੇ ਇਸ ਇੰਡਸਟਰੀ ਦਾ ਰੂਪ ਧਾਰ ਲਿਆ ਜਿਹੜਾ ਇਮੀਗ੍ਰੇਸ਼ਨ ਸਟੂਡੈਂਟ ਵੀਜ਼ਾ ਦਾ ਬਿਜ਼ਨਸ ਸੀਗਾ। ਇਹਦੇ ਵਿੱਚ ਕਾਫੀ ਹੁਣ ਅੱਜ ਦੇ ਦੌਰ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਬੋਰਡਸ ਲੱਗੇ, ਫਿਰ ਉੱਥੇ ਹੁਣ ਨਿਊਜ਼ੀਲੈਂਡ ਵੱਲ ਨੂੰ ਹੋ ਗਏ, ਕੀ ਵਜ੍ਹਾ ਦੇਖਦੇ ਹੋ? ਪੈਸਾ ਸਟੂਡੈਂਟ ਦਾ ਵੱਧ ਹੋਣਾ ਜਾਂ ਘੱਟ ਨੌਲੇਜ ਹੋਣਾ? ਇਹਦੇ ਵਿੱਚ ਆਪਾਂ ਇਹਦਾ ਜਿਹੜਾ ਰਿਜ਼ਲਟ ਲਵਾਂਗੇ ਤੁਹਾਡੇ ਕੁਐਸਚਨ ਦਾ, ਉਹ ਇਹ ਆਉਂਦਾ ਇਹਦਾ ਆਂਸਰ ਕਿ ਘੱਟ ਨੌਲੇਜ ਹੋਣਾ, ਇੱਕ ਭੇਡ ਚਾਲ ਹੋਣਾ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਸਟੂਡੈਂਟ ਵੀ ਤੁਰ ਪੈਂਦਾ ਹੈ ਕਿ ਹਾਂ ਵੀ ਅੱਜ ਦੀ ਡੇਟ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਆਪਣਾ ਫਿਊਚਰ ਕੀ ਹੈ, ਸੇਮ ਐਜ਼ ਇਟਸ ਦੇ ਵਿੱਚ ਕਿ ਜਿਹੜੇ ਬੰਦੇ ਜਿਨ੍ਹਾਂ ਨੂੰ ਨੌਲੇਜ ਹੈ ਨਹੀਂ, ਉਹਨੇ ਦੇਖਿਆ ਅੱਛਾ ਅੱਜ ਇੱਕ ਵੱਡੀ ਕੰਪਨੀ ਆ ਕੋਈ ਵੀ ABC, ਉਹਨੇ ਅੱਜ ਨਿਊਜ਼ੀਲੈਂਡ ਦਾ ਬੋਰਡ ਲਾ ਤਾ, ਲੱਗਦਾ ਆਪਣੇ UK ਦੇ ਵੀਜ਼ੇ ਘੱਟ ਹੋ ਰਹੇ ਨੇ, ਨਿਊਜ਼ੀਲੈਂਡ ਦਾ ਬੋਰਡ ਲੱਗ ਗਿਆ, ਨਿਊਜ਼ੀਲੈਂਡ ਦੇ ਕਹੇ ਨੇ ਨਿਊਜ਼ੀਲੈਂਡ ਬੰਦ ਹੋ ਰਿਹਾ ਜੇ, ਅੱਛਾ ਉਹਨੇ ਆਸਟ੍ਰੇਲੀਆ ਦਾ ਲਗਾ ਲਿਆ, ਹੁਣ ਆਸਟ੍ਰੇਲੀਆ ਦਾ ਲਗਾ ਲਓ, ਰੈਦਰ ਦੈਨ ਹਲੇ ਉਹਨੇ ਸਿਰਫ ਸਟਾਰਟਿੰਗ ਹੀ ਕੀਤੀ ਹੈ ਕਿ ਕਿਉਂਕਿ ਉਹਦੇ ਕੋਲ ਆਲਰੇਡੀ ਐਕਸਪੀਰੀਅੰਸ ਹੈਗਾ, ਉਹ ਕਹਿੰਦਾ ਠੀਕ ਹੈ ਜੀ, ਉਹ ਆਲਰੇਡੀ ਜਦੋਂ ਵੀ ਉਹਦੀ ਐਡਵਰਟੀਜ਼ਮੈਂਟ ਹੋਏਗੀ ਸਿੰਗਲ ਕੰਟਰੀ ਦੀ ਹੋਣਗੀ, ਚਾਰੇ ਕੰਟਰੀਆਂ ਦੀ ਹੋਏਗੀ ਜਾਂ ਤਿੰਨ ਕੰਟਰੀਆਂ ਦੀ, ਜਿਨ੍ਹਾਂ ਜਿਨ੍ਹਾਂ ਨੂੰ ਵੀ ਉਹ ਡੀਲ ਕਰ ਰਹੇ ਨੇ ਉਹਨਾਂ ਕੰਟਰੀਜ਼ ਵਾਸਤੇ ਉਹਨੇ ਐਡਵਰਟੀਜ਼ਮੈਂਟ ਕੀਤੀ ਹੋਏਗੀ। ਬਟ ਉਹ ਦੂਸਰਾ ਦੇਖਦਾ ਅੱਛਾ ਉਹ ਇਹ ਕਰ ਰਿਹਾ ਵਾ, ਅਸੀਂ ਉਹਦੇ ਵਿੱਚ ਕਰਕੇ ਦੇਖ ਲਈਏ। ਇੰਗਲੈਂਡ ਜਦੋਂ ਬੰਦ ਹੋ ਰਿਹਾ ਸੀ ਉਸ ਟਾਈਮ ਡਿਊਰੇਸ਼ਨ ਦੇ ਵਿੱਚ ਇੰਨੇ ਕੁ ਬੰਦਿਆਂ ਨੇ, ਸਾਡੇ ਕੋਲ ਸਟੂਡੈਂਟਸ ਆਉਂਦੇ ਨੇ, ਕੁਝ ਹੋਰ ਨਹੀਂ ਲੱਭਿਆ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਕੰਮ ਦੀ, ਬੱਚਿਆਂ ਦਾ ਕਰੀਅਰ ਖਰਾਬ ਕਰਨ ਲਈ, ਪੇਰੈਂਟਸ ਦਾ ਫਿਊਚਰ, ਪੇਰੈਂਟਸ ਦਾ ਜਿਹੜਾ ਫਿਊਚਰ ਆ ਉਹ ਬੱਚੇ ਦੇ ਫਿਊਚਰ ਦੇ ਉੱਤੇ ਡਿਪੈਂਡ ਕਰਦਾ ਹੈ, ਘਰ ਪਰਿਵਾਰ। ਸੋ ਉਹ ਸਾਰਾ ਖਰਾਬ ਕਰਨ ਵਾਸਤੇ ਉਹਨਾਂ ਬੱਚਿਆਂ ਨੇ ਆਪਣੇ ਘਰ ਭਰਨ ਵਾਸਤੇ ਬੱਚਿਆਂ ਨੂੰ ਜਾਰਜੀਆ ਭੇਜਤਾ, ਜਿੱਥੇ ਜਾ ਕੇ ਬੱਚੇ ਨੂੰ ਲੈਂਗੁਏਜ ਦੀ ਕਿੰਨੀ ਪ੍ਰੋਬਲਮ ਆਈ ਹੈ। ਉਹ ਬੱਚਾ ਬਹੁਤ ਕੰਟਰੀਜ਼ ਨੇ ਜਿਹਨੂੰ ਪ੍ਰਮੋਟ ਕੀਤਾ ਗਿਆ ਜਿਹੜਾ ਨਾਮ ਵੀ ਨਹੀਂ ਸੀ ਸੁਣਿਆ, ਜਿਹਨਾਂ ਨਾਮ ਵੀ ਨਹੀਂ ਕਦੇ ਸੁਣਿਆ ਹੁੰਦਾ ਸੀ ਪੰਜਾਬ ਵਿੱਚ ਖਾਸ ਕਰਕੇ। ਫਿਰ ਸਿੰਗਾਪੁਰ ਬੱਚੇ ਭੇਜੇ ਗਏ, ਬੱਚੇ ਸਿੰਗਾਪੁਰ ਭੇਜੇ, ਚਲੋ ਠੀਕ ਹੈ, ਉਹਨਾਂ ਨੇ ਉਹਨਾਂ ਨੂੰ ਹੋਸਪਿਟੈਲਿਟੀ ਦੇ ਕੋਰਸਿਸ ਲੈ ਕੇ ਭੇਜੇ, ਬੱਚੇ ਦਾ ਸ਼ਾਇਦ ਫਿਊਚਰ ਬਣ ਸਕਦਾ, ਬੱਚਾ ਇੰਡੀਆ ਆ ਕੇ ਵੀ ਹੋਸਪਿਟੈਲਿਟੀ ਲਾਈਨ ਦੇ ਵਿੱਚ ਕੰਮ ਕਰ ਸਕਦਾ, ਬਟ ਬੱਚਾ ਉੱਥੇ ਪਹੁੰਚਦਾ ਸੀ ਬੱਚੇ ਦੀ ਫੀਸ ਨਹੀਂ ਗਈ ਹੁੰਦੀ ਸੀ। ਪਰ ਇੱਥੇ ਗੱਲ ਉਹੀ ਆ ਗਈ ਨਾ ਲਵੀ ਜੀ, ਏਜੰਟੀ ਵਾਲਾ ਕੰਮ ਹੋਇਆ ਜੀ ਬਿਲਕੁਲ, ਬਜਾਏ ਕਿ ਕੁਆਲਿਟੀ ਐਜੂਕੇਸ਼ਨ ਦੇ ਪ੍ਰਮੋਟ ਕਰਨ ਦੇ, ਇੱਕ ਕੰਟਰੀ ਦਾ ਵੀਜ਼ਾ ਨੂੰ ਪ੍ਰਮੋਟ ਕੀਤਾ ਗਿਆ। ਰੀਜ਼ਨ ਬੀਂਗ ਕੀ ਸੀ ਕਿ ਕੋਈ ਵੀ ਚੰਗਾ ਕੰਸਲਟੈਂਟ ਹੈ ਨਾ, ਉਹ ਵੇਟ ਕਰ ਰਿਹਾ ਟਾਈਮ ਦੀ, ਉਹਦੇ ਕੋਲ ਆਪਣੇ ਐਕਸਪੈਂਸ ਕੱਢਣ ਵਾਸਤੇ ਜਾਂ ਉਹਦੇ ਵਿੱਚ ਲਾਲਚ ਨਹੀਂ ਹੈਗਾ, ਉਹ ਸਫੀਸ਼ੀਐਂਟ ਹੈਗਾ, ਜਿੰਨਾ ਕੰਮ ਆ ਉਹਨੂੰ ਜੇ ਸੰਤੁਸ਼ਟੀ ਹੈਗੀ ਹੈ ਨਾ ਉਸ ਕੰਮ ਦੇ ਪ੍ਰਤੀ ਕਿ ਹਾਂ ਮੈਂ ਜਿੰਨਾ ਕਰ ਰਿਹਾ ਮੈਂ ਸੰਤੁਸ਼ਟ ਹਾਂ, ਮੈਂ ਕੋਈ ਲਾਲਚ ਦੇ ਥਰੂ ਨਹੀਂ, ਇਹਨੂੰ ਇੱਕ ਆਪਾਂ ਸੇਵਾ ਲੈ ਸਕਦੇ ਹਾਂ। ਅਸੀਂ ਤੁਸੀਂ ਗੱਲ ਕੀਤੀ ਸੀ ਕਿ ਫਿਊਚਰ ਪੁਆਇੰਟ, ਜਿੱਥੇ ਬੱਚੇ ਦਾ ਆਲਰੇਡੀ ਨਾਮ ਤੋਂ ਪਤਾ ਲੱਗਦਾ ਕਿ ਫਿਊਚਰ ਬਣੇਗਾ, ਉਹਦੇ ਮੱਦੇਨਜ਼ਰ ਅਸੀਂ ਹਮੇਸ਼ਾ ਤੋਂ ਇਹ ਲੈ ਕੇ ਚੱਲਦੇ ਹਾਂ ਕਿ ਉਸ ਫੀਲਡ ਨੂੰ, ਇੱਕ ਮਾਂ ਬਾਪ ਦੀ ਫੀਲ ਨੂੰ ਆਪਾਂ ਆਪਣੇ ਅੰਦਰ ਲੈ ਕੇ ਦੇਖੀਏ, ਇੱਕ ਬੱਚੇ ਦੇ ਫਿਊਚਰ ਦੀ ਫੀਲ ਨੂੰ ਆਪਾਂ ਆਪਣੇ ਅੰਦਰ ਲੈ ਕੇ ਦੇਖੀਏ। ਅੱਜ ਆਪਾਂ ਕਿਸੇ ਦੇ ਬੰਦੇ ਦੇ ਨਾਲ, ਫੋਰ ਐਗਜ਼ਾਮਪਲ ਕੋਈ ਵੀ ਪੇਰੈਂਟਸ ਆ ਰਹੇ, ਉਹਨਾਂ ਦੇ ਬੱਚੇ ਦੇ ਨਾਲ ਗਲਤ ਕਰ ਰਹੇ, ਕੱਲ ਨੂੰ ਸਾਡੇ ਨਿਆਣੇ ਵੱਡੇ ਹੋਣੇ ਆ, ਉਹਨਾਂ ਨੂੰ ਕਿਤੇ ਜਾਣ ਦੀ ਜ਼ਰੂਰਤ ਪਏਗੀ, ਤੇ ਉਹੀ ਚੀਜ਼ ਸਾਡੇ ਬੱਚਿਆਂ ਦੇ ਨਾਲ ਪਰਮਾਤਮਾ ਨੇ ਕਰਨੀ। ਆਪਣੇ ਵੱਲੋਂ ਇਹ ਉਮੀਦ ਰੱਖਦੇ ਹਾਂ ਵੀ ਸਾਡੇ ਇਸ ਬੱਚੇ ਨੂੰ ਗਾਈਡੈਂਸ ਸਹੀ ਮਿਲੇਗੀ। ਜੀ ਬਿਲਕੁਲ, ਮੈਂ ਹਮੇਸ਼ਾ ਕਹਿੰਦਾ ਹਾਂ ਨਾ ਵੀ ਇਹ ਲਾਈਨ ਕਾਫੀ ਡਾਕਟਰ ਨਾਲ ਜੁੜੀ ਹੋਈ ਹੈ, ਜੇ ਡਾਕਟਰ ਕੋਲ ਮਰੀਜ਼ ਆ ਕੇ ਬੈਠਦਾ ਉਹ ਬੜਾ ਫੇਥ ਕਰਕੇ ਉਹਦੀ ਦਵਾਈ ਤੇ ਵੀ ਮੈਂ ਇੱਕ ਦਿਨ, ਜਦੋਂ ਇੱਕ ਦਿਨ ਇੱਕ ਬੱਚਾ ਇੱਕ ਕੰਸਲਟੈਂਟ ਕੋਲ ਜਾ ਰਿਹਾ ਵਾ, ਉਹਨੂੰ ਉਹਦੀ ਕਾਉਂਸਲਿੰਗ ਚੰਗੀ ਲੱਗ ਰਹੀ ਹੈ, ਚਾਹੇ ਉਹ ਸੱਚ ਬੋਲ ਰਿਹਾ ਝੂਠ ਬੋਲ ਰਿਹਾ ਉਹ ਬਾਅਦ ਦੀ ਗੱਲ ਹੈ ਨਾ,
ਜੇ ਉਹਨੂੰ ਲੱਗਦਾ ਨਾ ਕਿ ਇਹ ਸਹੀ ਬੋਲ ਰਿਹਾ, ਉਹ ਆਪਣੇ ਡਾਕੂਮੈਂਟਸ ਦੇਣ ਤੋਂ ਬਾਅਦ ਉਸ ਦਿਨ ਤੋਂ ਉਹਨੂੰ ਡਾਕਟਰ ਮੰਨ ਲੈਂਦਾ, ਆਪਣਾ ਆਪਣਾ ਰੱਬ ਮੰਨ ਲੈਂਦਾ ਕਿ ਜੋ ਅੱਜ ਤੋਂ ਇਹ ਕਹਿ ਰਿਹਾ ਉਹ ਸਹੀ ਹੈ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਜਦਕਿ ਇਸ ਸਹੀ ਨਹੀਂ। ਅਸੀਂ ਕਹਿੰਦੇ ਕਿ ਦੇਖੋ ਹਰ ਚੀਜ਼ ਇੰਟਰਨੈਟ 'ਤੇ ਅਵੇਲੇਬਲ ਹੈ, ਹਰ ਬੱਚੇ ਕੋਲ ਅੱਜ ਕੱਲ੍ਹ ਸਮਾਰਟਫੋਨ ਹੈ, ਜਿਹੜਾ ਬਾਹਰ ਪੜ੍ਹਨ ਜਾਣਾ ਚਾਹੁੰਦਾ ਹਰ ਬੱਚਾ ਰਿਸਰਚ ਕਰ ਸਕਦਾ। ਬਟ ਆਪਾਂ ਨੂੰ ਫੇਸਬੁੱਕ ਵਟਸਐਪ ਤੋਂ ਅੱਗੇ ਦੀ ਸੋਚ ਰੱਖਣੀ ਪਏਗੀ, ਅਵੇਅਰ ਹੋਣਾ ਪਏਗਾ। ਜਿਹੜਾ ਮੇਨ ਨਿਚੋੜ ਨਿਕਲਿਆ 7 ਸਾਲ ਦੇ ਐਕਸਪੀਰੀਅੰਸ 'ਚੋਂ, ਇਹ ਇੰਡਸਟਰੀ ਦਾ ਰੂਪ ਧਾਰਨ ਦਾ ਜਿਹੜਾ ਲਵੀ ਜੀ ਨੇ ਬਹੁਤ ਸੋਹਣਾ ਪੁਆਇੰਟ ਚੱਕਿਆ ਵੀ ਘੱਟ ਨੌਲੇਜ ਹੋਣਾ, ਜਿਹੜਾ ਮੇਨ ਬੱਚੇ ਅਵੇਅਰ ਨਹੀਂ ਹੈਗੇ, ਬੱਚਿਆਂ ਦੇ ਮਾਂ ਪਿਓ ਅਵੇਅਰ ਨਹੀਂ ਹੈ। ਮੋਟਿਵ ਹੈ ਦੇਸ਼ ਤੋਂ ਪ੍ਰਦੇਸ਼ ਜਾ ਕੇ ਪੜ੍ਹਨਾ, ਬਟ ਨੌਲੇਜ ਨਹੀਂ ਹੈ। ਉਸ ਚੀਜ਼ ਨੂੰ ਗ੍ਰੈਬ ਕਰਨ ਲਈ ਜਿਹੜੀ ਇਹ ਜ਼ਿਆਦਾ ਇੰਡਸਟਰੀ ਏਜੰਟਾਂ ਦਾ ਰੂਪ ਧਾਰ ਲਿਆ, ਕੰਸਲਟੈਂਸੀ ਜਿਹੜੀ ਹੈ, ਐਜੂਕੇਸ਼ਨ ਕੰਸਲਟੈਂਸੀ, ਕੈਰੀਅਰ ਕੰਸਲਟੈਂਸੀ, ਉਹ ਘੱਟ ਗਈ ਹੈ। ਅਗਰ ਤੁਸੀਂ ਇੱਕ 7 ਸਾਲ ਦੇ ਨਿਚੋੜ ਦੀ ਗੱਲ ਕੀਤੀ ਹੈ ਮੇਰੇ ਐਕਸਪੀਰੀਅੰਸ ਦੀ, ਤਾਂ ਉਹਦੇ ਵਿੱਚ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਚੀਜ਼ ਜ਼ਰੂਰ ਦੱਸਣਾ ਚਾਹਾਂਗਾ ਕਿ ਬੇਸ਼ੱਕ ਤੁਸੀਂ ਅੱਜ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਆਲਰੇਡੀ ਇੱਥੇ ਪ੍ਰੋਗਰਾਮ ਚੱਲਦੇ ਨੇ, ਹਰ ਇੱਕ ਬੰਦਾ ਸੱਚ ਵੀ ਬੋਲ ਰਿਹਾ, ਝੂਠ ਵੀ ਬੋਲ ਰਿਹਾ। ਹੋ ਸਕਦਾ ਮੈਂ ਵੀ ਸਾਹਮਣੇ ਬੈਠਾ ਹਾਂ ਤੁਹਾਡੇ, ਮੈਂ ਵੀ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ, ਸਾਹਮਣੇ ਵਾਲਾ ਜੋ ਮੈਂ ਕਹਿ ਰਿਹਾ ਉਹ 'ਤੇ ਯਕੀਨ ਕਰ ਰਿਹਾ। ਸੋ ਜੋ ਅੱਜ ਦਾ ਟਾਈਮ ਹੈ ਇੰਟਰਨੈਟ ਦੀ, ਜਿੱਦਾਂ ਕਿ ਤੁਸੀਂ ਗੱਲ ਕੀਤੀ ਆ, ਉਸ ਟਾਈਮ ਡਿਊਰੇਸ਼ਨ ਦੇ ਵਿੱਚ ਇੱਕ ਬੱਚਾ ਜਿਹੜਾ ਬਾਹਰ ਜਾਣ ਦਾ ਸੁਪਨਾ ਲੈ ਰਿਹਾ ਕਿ ਮੈਂ ਵਿਦੇਸ਼ ਜਾਣਾ ਆ, ਮੈਂ ਪੜ੍ਹਨਾ ਆ, ਉੱਥੇ ਸਾਰੀ ਐਜੂਕੇਸ਼ਨ ਜਿਹੜੀ ਕੰਪਿਊਟਰ ਬੇਸਡ ਆ। ਸੋ ਅਗਰ ਤੁਸੀਂ ਬਾਹਰ ਜਾ ਕੇ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰਨਾ ਚਾਹੁੰਦੇ ਹੋ, ਤੁਸੀਂ ਕੰਪਿਊਟਰਾਈਜ਼ ਐਜੂਕੇਸ਼ਨ ਪੜ੍ਹਨਾ ਚਾਹੁੰਦੇ ਹੋ, ਆਲਰੇਡੀ ਤੁਹਾਨੂੰ ਇੰਡੀਆ ਦੇ ਵਿੱਚ ਅਸੀਂ ਇੱਕ ਬੱਚਾ 10+2 ਇੱਥੇ ਕੰਪਲੀਟ ਕਰ ਰਿਹਾ, ਉਸ ਤੋਂ ਬਾਅਦ ਫਰਦਰ ਐਜੂਕੇਸ਼ਨ ਵਾਸਤੇ ਬਾਹਰ ਜਾ ਰਿਹਾ। ਨੈਚੁਰਲ ਹੈ ਕਿ ਅੱਜ ਦੀ ਡੇਟ ਦੇ ਤੁਸੀਂ ਫੋਨਸ ਦੀ ਗੱਲ ਕੀਤੀ ਹੈ, ਸਾਰਾ ਕੁਝ ਉਹ ਚਲਾ ਰਿਹਾ, ਇੰਟਰਨੈਟ ਆਲਰੇਡੀ ਚਲਾ ਰਿਹਾ। ਸੋ ਤੁਸੀਂ ਕਿਸੇ ਵੀ ਏਜੰਟ ਤੇ, ਕਿਸੇ ਵੀ ਕੰਸਲਟੈਂਟ ਤੇ, ਦੋਨੇ ਵਰਡ ਯੂਜ਼ ਕਰੀਏ ਆਪਾਂ, ਉਹਦੇ ਉੱਤੇ ਯਕੀਨ ਕਰਨ ਦੀ ਬਜਾਏ ਰੈਦਰ ਦੈਨ ਤੁਸੀਂ ਆਪ ਗੂਗਲ ਤੇ ਜਾਓ, ਜਿਸ ਕੰਟਰੀ ਲਈ ਆਪ ਤੁਸੀਂ ਅਪਲਾਈ ਕਰ ਰਹੇ ਹੋ ਆਪਣੇ ਆਪ ਨੂੰ ਅਵੇਅਰਨੈਸ ਵਿੱਚ ਲੈ ਕੇ ਆਓ, ਆਪ ਤੁਸੀਂ ਉੱਥੇ ਇਮੀਗ੍ਰੇਸ਼ਨ ਦੀ ਸਾਈਡ ਦੇ ਚੈੱਕਲਿਸਟ ਦੇਖੋ ਕਿ ਹਾਂ ਸਾਹਮਣੇ ਵਾਲਾ ਬੰਦਾ ਜੋ ਡਾਕੂਮੈਂਟੇਸ਼ਨ ਮੈਨੂੰ ਕਹਿ ਰਿਹਾ ਸਹੀ ਹੈ ਜਾਂ ਗਲਤ, ਜੋ ਲਾਜ਼ ਨਾਲ ਮੈਨੂੰ ਦੱਸਿਆ ਜਾ ਰਿਹਾ ਮੈਂ ਐਕਚੁਅਲ ਸਹੀ ਹੈ ਗਲਤ, ਬਿਲਕੁਲ ਸਹੀ ਹੈ। ਫਿਰ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਤੁਸੀਂ ਆਪਣੀ ਕੰਸਲਟੇਸ਼ਨ ਵਾਸਤੇ ਜਾਓ, ਫਿਰ ਉਸ ਤੋਂ ਬਾਅਦ ਸਾਹਮਣੇ ਵਾਲੇ ਬੰਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਉਹ ਸੱਚ ਕਹਿ ਰਿਹਾ ਕਿ ਝੂਠ ਕਹਿ ਰਿਹਾ, ਤੁਹਾਡਾ ਟਰਸਟ ਆਪ ਹੀ ਬਣੇਗਾ ਉਹਦੇ ਉੱਤੇ। ਇਹ ਤਾਂ ਗੱਲ ਚੱਲੀ 2007-14 ਦੇ ਵਕਵੇ ਦੀ, ਅੱਜ ਦੇ ਦੌਰ ਦੀ ਗੱਲ ਕਰੀਏ, 2014 ਦੀ ਗੱਲ ਕਰ ਰਹੇ ਹਾਂ। 2014 'ਚ ਅੱਜ ਮੈਂ ਇੱਕ ਖਾਸ ਦੇਸ਼ ਨੂੰ ਲੈ ਕੇ ਟੌਪਿਕ ਸ਼ੁਰੂ ਕਰਨਾ ਚਾਹੁੰਦਾ, ਨਿਊਜ਼ੀਲੈਂਡ ਜੀ। ਉਹਦੇ 'ਚ ਕੀ ਹੋ ਰਿਹਾ, ਜਦੋਂ ਦਾ ਵਿਦਾਊਟ ਟਾਇਲਟਸ, ਤੁਹਾਡੀ ਗੱਲ ਵੀ ਜਦੋਂ ਵੱਡੀ ਕੰਪਨੀਆਂ ਨੇ ਬੋਰਡ ਲਾਏ ਜਿਨ੍ਹਾਂ ਨੂੰ ਨੌਲੇਜ ਸੀ ਜੀ, ਛੋਟਿਆਂ ਨੇ ਐਡਵਰਟਾਈਜ਼ਮੈਂਟ ਦੇਣੀਆਂ ਸ਼ੁਰੂ ਕਰਤੀਆਂ ਵਿਦਾਊਟ ਟਾਇਲਟਸ ਨਿਊਜ਼ੀਲੈਂਡ ਓਪਨ ਜੀ। ਓਪਨ ਨੂੰ ਉਹ ਪ੍ਰੋਫਾਈਲ ਕੀ ਦੇਖੀ ਜਾ ਰਹੀ ਹੈ ਵੀ ਜਿਹਨੂੰ ਆਈਲੈਟਸ ਨਹੀਂ ਕੀਤੀ ਜਾਂ ਜਿਹੜਾ ਅੰਗਰੇਜ਼ੀ ਤੋਂ ਡਰਦਾ ਉਹ ਇਹਦੇ ਵਿੱਚ ਫਿੱਟ ਹੁੰਦਾ, ਜਾਂ ਉਹ ਪ੍ਰੋਫਾਈਲ ਜਿਹਦੇ ਆਈਲੈਟਸ ਘੱਟ ਬੈਂਡ ਆਏ, ਆਸਟ੍ਰੇਲੀਆ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਨਹੀਂ ਜਾ ਸਕਦਾ, ਉਹ ਇਹਦੇ ਵਿੱਚ ਚਲੇ ਜਾਵੇ ਜੀ। ਜਦਕਿ ਇਹਦੀ ਜਿਹੜੀ ਡਿਮਾਂਡ ਹੈ, ਰਿਕੁਆਇਰਮੈਂਟ ਹੈ ਪ੍ਰੋਫਾਈਲ ਦੀ, ਉਹ ਹੋਰ ਹੈ। ਬਿਲਕੁਲ, ਇਸ ਚੀਜ਼ ਨੂੰ ਦੇਖਦੇ ਕੀ ਕਹਿਣਾ। ਨਿਊਜ਼ੀਲੈਂਡ ਸਰਕਾਰ ਨੇ ਅਗਰ ਉਹ ਸਟਾਰਟ ਕੀਤਾ ਸੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਐਂਡ ਤੋਂ ਵਿਦਆਊਟ ਆਇਲ ਸਟੂਡੈਂਟ, ਜਿਹਨੂੰ ਇੱਕ ਮਾਰਕੀਟ ਦੇ ਵਿੱਚ ਜਦੋਂ ਦਰਸਾਇਆ ਗਿਆ, ਲੋਕਾਂ ਤੱਕ ਪਹੁੰਚਾਇਆ ਗਿਆ, ਜੋ ਇੱਥੇ ਕਰ ਰਹੇ ਨੇ ਆਲਰੇਡੀ ਬੰਦੇ, ਸੋ ਉਹ ਗਲਤ ਤਰੀਕੇ ਦੇ ਨਾਲ ਦੱਸਿਆ ਗਿਆ। ਵਿਦਆਊਟ ਆਇਲਸ ਹੋਣ ਦਾ ਮਤਲਬ ਸੀ ਉਹਨਾਂ ਦੇ ਨਾਲ ਬੱਚੇ ਨੂੰ ਉਹ ਚੀਜ਼ ਨਹੀਂ ਦਿੱਸੀ ਜਾਂਦੀ, ਉਹ ਇੱਕ ਸਟਾਰ ਬਣਾ ਦਿੰਦੇ ਕੰਡੀਸ਼ਨ ਅਪਲਾਈ, ਠੀਕ ਹੈ। ਜਦਕਿ ਉਹ ਆਲਰੇਡੀ ਉਹ ਮੈਂਸ਼ਨ ਕਰਨਾ ਚਾਹੀਦਾ ਕਿ ਅਗਰ ਤੁਸੀਂ ਆਇਲਸ ਨਹੀਂ ਕੀਤੀ, ਤੁਹਾਡੀ ਜਿਹੜੀ ਬੈਕ ਸਟੱਡੀ ਆ 5 ਸਾਲ ਦੀ, ਅਗਰ ਉਹ ਪਲੱਸ 2 ਵਾਲਾ ਬੱਚਾ ਹੈ, 8ਵੀਂ ਤੋਂ ਲੈ ਕੇ ਪਲੱਸ 2 ਤੱਕ ਦੀ ਉਹਦੀ ਪੜ੍ਹਾਈ ਇੰਗਲਿਸ਼ ਮੀਡੀਅਮ ਹੋਣੀ ਚਾਹੀਦੀ ਹੈ, ਸਕੂਲ ਤੋਂ ਉਹਨੇ ਲਿਖਵਾ ਕੇ ਦੇਣਾ ਬਕਾਇਦਾ। ਅੱਜ ਇੱਕ ਪੰਜਾਬ 'ਚ ਤਰਾਸਦੀ ਦੀ ਗੱਲ ਹੈ, ਖਾਸ ਕਰ ਮੈਂ ਗੱਲ ਕਰ ਰਿਹਾ, ਇਹ ਸੋਚਿਆ ਜਾ ਰਿਹਾ ਮੈਕਸੀਮਮ ਏਜੰਟਸ ਵੱਲੋਂ ਜਾਂ ਬੱਚਿਆਂ ਵੱਲੋਂ ਸਮਝਾਇਆ ਜਾ ਰਿਹਾ, ਉਹ ਏਜੰਟਸ ਵੱਲੋਂ ਉਸ ਬੱਚਿਆਂ ਨੂੰ ਵੀ ਵਿਦਆਊਟ ਆਈਲੈਟਸ ਉਹਨੂੰ ਕਿਹਾ ਜਾਂਦਾ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ। ਉਹਨਾਂ ਨੇ ਵਿਦਆਊਟ ਇੰਗਲਿਸ਼ ਨਹੀਂ ਕਿਹਾ, ਉਹਨਾਂ ਨੇ ਇੰਗਲਿਸ਼ ਦੀ ਰਿਕੁਆਇਰਮੈਂਟ, ਆਪਣੀ ਸਟੈਬਿਲਿਟੀ ਉੱਥੇ ਹੀ ਰੱਖੀ ਹੈ, ਸਟੈਂਡਰਡ ਉਹੀ ਰੱਖਿਆ। ਬਟ ਆਈਐਲਟੀਐਸ ਦਾ ਪੇਪਰ ਆਈਡੀਪੀ ਵੱਲੋਂ, ਬ੍ਰਿਟਿਸ਼ ਕੌਂਸਲ ਵੱਲੋਂ ਜਜਮੈਂਟ ਜਿਹੜੀ ਹੈ ਉਹ ਨਹੀਂ ਮੰਗ ਰਹੇ, ਉਹ ਕਹਿੰਦੇ ਜੱਜ ਅਸੀਂ ਆਪ ਕਰ ਲਾਂਗੇ। ਇਹ ਨਹੀਂ ਸਮਝਾਇਆ ਜਾ ਰਿਹਾ। ਨਹੀਂ ਦੇਖੋ, ਉਹ ਕੀ ਕਹਿੰਦੇ ਨੇ, ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੀਆਂ ਅਸੀਂ ਐਡਵਰਟੀਜ਼ਮੈਂਟ ਦੇਖਦੇ ਨੇ, ਮੋਸਟਲੀ ਲਿਖਿਆ ਹੁੰਦਾ ਵੱਡਾ ਵੱਡਾ ਕਰਕੇ, ਨਿਊਜ਼ੀਲੈਂਡ ਜਾਓ, ਪੰਜਾਬੀ ਮੀਡੀਅਮ ਪੜ੍ਹੇ ਵੀ ਜਾ ਸਕਦੇ ਨੇ। ਹੁਣ ਇੱਕ ਬੱਚਾ ਆ, ਉਹਨੇ ਨਿਊਜ਼ੀਲੈਂਡ ਜਾ ਕੇ ਐਜੂਕੇਸ਼ਨ ਲੈਣੀ ਆ, ਉਹ ਇੱਥੇ ਇੰਗਲਿਸ਼ ਅੰਡਰਸਟੈਂਡ ਨਹੀਂ ਕਰ ਰਿਹਾ, ਇੰਗਲਿਸ਼ ਛੱਡ ਕੇ, ਕਈ ਵਾਰੀ ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਹਿੰਦੀ 'ਚ ਗੱਲ ਨਹੀਂ ਕਰਨੀ ਆ ਰਹੀ, ਉਹਦੀ ਇੰਗਲਿਸ਼ 'ਤੇ ਦੂਰ ਦੀ ਗੱਲ ਆ। ਸੋ ਉਹ ਬੱਚੇ ਬਾਹਰ ਜਾ ਕੇ
ਠੀਕ ਹੈ, ਕਿੱਦਾਂ ਇੰਗਲਿਸ਼ ਦੇ ਵਿੱਚ ਐਜੂਕੇਸ਼ਨ ਕਰ ਪਾਣਗੇ, ਕਿੱਦਾਂ ਆਪਣੀਆਂ ਅਸਾਈਨਮੈਂਟਸ ਕੰਪਲੀਟ ਕਰ ਪਾਣਗੇ, ਕਿੱਦਾਂ ਉਹ ਫਰਦਰ ਆਪਣਾ ਫਿਊਚਰ ਅੱਗੇ ਸਟਰੋਂਗ ਕਰਨਗੇ. ਅੱਜ ਦੀ ਡੇਟ ਦੇ ਵਿੱਚ ਉਹ ਇੱਕ ਪੇਪਰ ਦੇ ਵਿੱਚ ਐਡਵਰਟੀਜ਼ਮੈਂਟ ਆਉਂਦੀ ਹੈ. ਫੋਰ ਐਗਜ਼ਾਮਪਲ ਮੈਂ ਐਗਜ਼ਾਮਪਲ ਦਿੰਦਾ ਇੱਥੇ ਨਿਊਜ਼ੀਲੈਂਡ ਤੋਂ ਹਟ ਕੇ ਕੈਨੇਡਾ ਦੀ, 10 ਕੰਪਨੀਜ਼ ਦੀ ਇੱਕ ਜੈਨੂਇਨ ਐਡ ਆਈ ਹੁੰਦੀ ਹੈ ਕਿ ਸਟੱਡੀ ਇਨ ਕੈਨੇਡਾ, ਇੰਨੇ ਬੈਂਡ ਦੀ ਰਿਕੁਆਇਰਮੈਂਟ ਆ, ਆਪਾਂ ਨੂੰ ਫੰਡਸ ਦੀ ਰਿਕੁਆਇਰਮੈਂਟ ਆ, ਇਸ ਅਕੋਰਡਿੰਗਲੀ ਤੁਸੀਂ ਅਪਲਾਈ ਕਰ ਸਕਦੇ ਹੋ. ਇੱਕ ਬੰਦੇ ਨੇ ਨੀਚੇ ਛੋਟੀ ਜਿਹੀ ਐਡ ਲਗਾਈ ਹੁੰਦੀ, ਉਹਦੇ ਵਿੱਚ ਲਿਖਿਆ ਹੁੰਦਾ ਸਟੱਡੀ ਇਨ ਕੈਨੇਡਾ ਵਿਦਆਊਟ ਹੈਲਥ, ਉਹ 10 ਐਡਸ ਛੱਡ ਕੇ ਉਹ ਇੱਕ ਦੇ ਮਗਰ ਤੁਰ ਪੈਂਦਾ. ਉਹ ਪਤਾ ਕੀ, ਅੱਜ ਕੱਲ੍ਹ ਜਿਹੜੇ ਪ੍ਰੋਫਾਈਲ ਨਹੀਂ ਪੂਰੇ ਕਰਦੇ ਉਹਦੀ ਰਿਕੁਆਇਰਮੈਂਟਸ ਚੈੱਕਲਿਸਟ, ਬਿਲਕੁਲ ਉਹ ਇਹੀ ਪਾਰਟਸ ਹੁੰਦੇ ਨੇ, ਸ਼ਾਇਦ ਕੋਈ ਜੁਗਾੜ ਲੱਗ ਜਾਵੇ, ਜਿਹੜਾ ਪੰਜਾਬੀਆਂ ਦਾ ਮੇਨ ਵਰਡ ਹੈ, ਸ਼ਾਇਦ ਇਹਨਾਂ ਨੂੰ ਨਹੀਂ ਪਤਾ, ਉਹ ਇਕੱਲੇ ਬੰਦੇ ਨੂੰ ਪਤਾ, ਜਦਕਿ ਹਮੇਸ਼ਾ ਕਹਿੰਦੇ ਆ ਰੂਲਸ ਐਂਡ ਰੈਗੂਲੇਸ਼ਨ, ਟਰਮਸ ਐਂਡ ਕੰਡੀਸ਼ਨ ਸਭ ਲਈ ਇੱਕ ਨੇ. ਅੱਜ ਨਿਊਜ਼ੀਲੈਂਡ ਬਹੁਤ ਵਧੀਆ ਤਰ੍ਹਾਂ ਵੀਜ਼ਸ ਦੇ ਰਿਹਾ, ਬਟ ਸਮਝਣ ਦੀ ਲੋੜ ਹੈ ਕਿਹੜੀ ਪ੍ਰੋਫਾਈਲ ਮੰਗਦੇ ਨੇ ਉਹ, ਐਕਚੁਅਲ ਉਹਨਾਂ ਦੀ ਰਿਕੁਆਇਰਮੈਂਟਸ ਕੀ ਨੇ. ਜੋ ਲਵੀ ਜੀ ਨੇ ਗੱਲ ਕੀਤੀ, ਸਿਰਫ ਐਡ ਤੋਂ ਭਰਮਾਉਣਾ ਨਹੀਂ ਚਾਹੀਦਾ, ਜਿਹੜੀ ਮਨਭਾਵਣੀਆਂ ਐਡਸ ਆਪਾਂ ਦੇਖਦੇ ਹਾਂ, ਮਸ਼ਹੂਰੀਆਂ ਦੇਖਦੇ ਹਾਂ ਅਲੱਗ ਅਲੱਗ ਮਾਧਿਅਮ ਨਾਲ, ਸਮਝਣ ਦੀ ਲੋੜ ਹੈ. ਅੱਜ ਨਿਊਜ਼ੀਲੈਂਡ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ. ਨਿਊਜ਼ੀਲੈਂਡ ਵਿਦਆਊਟ ਟਾਇਲਟਸ, ਆਪਾਂ ਇੱਕ ਮੁੱਦੇ ਤੇ ਆਈਏ, ਜੇ ਸਟੂਡੈਂਟ ਜਾਣਾ ਚਾਹੁੰਦਾ ਜੀ, ਪਹਿਲੇ ਤਾਂ ਪ੍ਰੋਫਾਈਲ ਕਿਹੜੀ ਫਿੱਟ ਹੁੰਦੀ ਹੈ ਨਿਊਜ਼ੀਲੈਂਡ ਵਿਦਆਊਟ ਟਾਇਲਟਸ? ਅਗਰ ਆਪਾਂ ਨਿਊਜ਼ੀਲੈਂਡ ਵਿਦਆਊਟ ਟਾਇਲਟਸ ਦੀ ਗੱਲ ਕਰੀਏ, ਇੱਕ ਬੱਚੇ ਨੇ ਆਪਣੀ 10+2 ਐਜੂਕੇਸ਼ਨ ਕੰਪਲੀਟ ਕੀਤੀ ਆ, ਉਹਦੀ ਕੀ ਬੈਕਗ੍ਰਾਉਂਡ ਹੈ, ਬੋਰਡ ਕਿਹੜਾ ਹੈ ਬੇਸਿਕਲੀ, ਹਾਂ ਪਿੱਛੇ ਕੀ ਬੈਕਗ੍ਰਾਉਂਡ ਹੈ, ਬੋਰਡ ਦੇ ਨਾਲ ਨਾਲ ਉਹ CBSE ਬੋਰਡ ਤੋਂ ਪੜਿਆ, ICSE ਬੋਰਡ ਤੋਂ ਪੜਿਆ, ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜਿਆ. ਜ਼ਰੂਰੀ ਨਹੀਂ ਹੈ ਕਿ ਉਹ ਬੱਚਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜਿਆ ਆ ਤੇ ਉਹ ਫਰਦਰ ਨਿਊਜ਼ੀਲੈਂਡ ਵਿਦਆਊਟ ਐਲਸ ਨਹੀਂ ਜਾ ਰਿਹਾ. ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਪੜ੍ਹਦੇ ਹੋਏ ਵੀ ਬੱਚਾ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਦਾ ਆ, ਵਨ ਥਿੰਗ, ਅਗਰ ਉਹਦੇ 5 ਸਾਲ ਦੀ ਐਜੂਕੇਸ਼ਨ ਜਿਹੜੀ ਆ ਇੰਗਲਿਸ਼ ਦੇ ਵਿੱਚ ਹੈ, ਫਿਰ ਉਹ ਬੱਚਾ ਨਿਊਜ਼ੀਲੈਂਡ ਅਪਲਾਈ ਕਰ ਸਕਦਾ. ਇਨ ਕੇਸ ਹਾਂ ਬੱਚੇ ਦਾ ਮੀਡੀਅਮ ਜਿਹੜਾ ਹੈਗਾ ਆ ਉਹ ਹਿੰਦੀ ਸੀ ਜਾਂ ਪੰਜਾਬੀ ਸੀ, ਉਹਦੇ ਵਾਸਤੇ ਕਾਲਜ ਆਪਣਾ ਇੰਗਲਿਸ਼ ਐਬਿਲਿਟੀ ਟੈਸਟ ਕ੍ਰੀਏਟ ਕਰਦਾ ਹੈ ਜੀ, ਉਹ ਟੈਸਟ ਕੰਡਕਟ ਕਰਦਾ. ਬਹੁਤ ਸਾਰੇ ਏਜੰਟਸ ਇਹਦੇ ਵਿੱਚ ਵੀ ਕੀ ਕਰਦੇ ਆ ਕਿ ਉਹ ਬੱਚੇ ਨੂੰ ਟੈਸਟ ਹੀ ਨਹੀਂ ਕਰਵਾਉਂਦੇ, ਠੀਕ ਹੈ, ਕਿਸੇ ਦੁਆਰਾ ਦਵਾ ਦਿੱਤਾ ਜਾਂਦਾ. ਸੋ ਜਦੋਂ ਤੁਸੀਂ ਆਪ ਦੇਖੋ ਉਹ ਆਪਣਾ ਹੀ ਲਾਲਚ ਕਰ ਰਿਹਾ ਆ, ਹੋਰ ਕੁਛ ਨਹੀਂ ਕਰ ਰਿਹਾ, ਬੱਚੇ ਨੂੰ ਕਮ ਸੇ ਕਮ ਉਹ ਟੈਸਟ ਦੇ ਆਪ ਕੰਡਕਟ ਕਰਨਾ ਚਾਹੀਦਾ. ਲਵੀ ਜੀ ਇੱਥੇ ਹੀ ਮੈਂ ਸਵਾਲ ਤੇ ਆਉਣਾ ਚਾਹੁੰਦਾ, ਇਹਦੇ ਨਾਲ ਮਿਲਿਆ ਹੀ ਸਵਾਲ ਮੇਰਾ ਅਗਲਾ ਤੁਹਾਡੇ ਨਾਲ ਰਹੇਗਾ ਜੀ. ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜਾ ਇੰਗਲਿਸ਼ ਐਬਿਲਿਟੀ ਟੈਸਟ ਹੈ ਜੀ, ਉਹ ਵੀ ਬੱਚੇ ਆਪ ਕਲੀਅਰ ਨਹੀਂ ਕਰ ਰਹੇ ਜਾਂ ਕਰਵਾਇਆ ਨਹੀਂ ਜਾ ਰਿਹਾ ਵੀ ਵੀਜ਼ਾ ਦੇ ਲਾਲਚ ਤੇ, ਵੀਜ਼ਾ ਆਏਗਾ ਤਾਂ ਕਮਿਸ਼ਨ ਆਏਗੀ, ਬਿਲਕੁਲ ਬਿਲਕੁਲ, ਠੀਕ ਹੈ. ਦੂਜੀ ਗੱਲ ਦੇਖੀਏ, ਇੰਟਰਵਿਊ ਪ੍ਰੈਪਰੇਸ਼ਨ ਦੇ ਨਾਂ ਤੇ ਵੱਡੀ ਵੱਡੀ ਐਡਸ ਆ ਰਹੀਆਂ ਨੇ, ਅਸੀਂ ਇੰਟਰਵਿਊ ਪ੍ਰੈਪਰੇਸ਼ਨ ਕਰਾਉਂਦੇ ਹਾਂ, ਇੰਗਲਿਸ਼ ਨਹੀਂ ਪੜ੍ਹੀ ਕੋਈ ਗੱਲ ਨਹੀਂ, ਕਲਾਸਿਸ ਨਹੀਂ ਲਾਈਆਂ ਕੋਈ ਗੱਲ ਨਹੀਂ, ਇੰਟਰਵਿਊ ਅਸੀਂ ਪ੍ਰਿਪੇਅਰ ਕਰਾਵਾਂਗੇ ਜੀ. ਆਈ ਇੰਟਰਵਿਊ ਦੇ 40-50 ਸਵਾਲ ਰਟਾ ਦਿੱਤੇ ਜਾਂਦੇ ਆ, ਬੱਚਾ ਯਾਦ ਕਰ ਲੈਂਦਾ, ਇੰਟਰਵਿਊ ਹੁੰਦੀ ਹੈ, ਬੱਚੇ ਦਾ ਵੀਜ਼ਾ ਲੱਗ ਜਾਂਦਾ. ਉਸ ਤੋਂ ਬਾਅਦ ਕੀ? ਉਹੀ ਚੀਜ਼ ਜੋ ਪਹਿਲੀ ਦੱਸੀ ਕਿ ਬੱਚਾ ਇੱਥੋਂ ਤੋਂ ਤੁਸੀਂ ਤੋਰਦੇ ਹੋਗੇ, ਉੱਥੇ ਜਾ ਕੇ ਉਹ ਕਿੱਦਾਂ ਪੜੇਗਾ? ਕਿਉਂਕਿ ਮੈਨੂੰ ਬੜੀ ਸੋਹਣੀ ਲੱਗੀ ਤੁਹਾਡੀ ਗੱਲ, ਤੁਸੀਂ ਪਹਿਲੇ ਕਿਹਾ ਵੀ ਬੱਚੇ ਦੇ ਨਾਲ ਉਹਦੇ ਘਰਦਿਆਂ ਦਾ ਫਿਊਚਰ ਵੀ ਜੁੜਿਆ, ਇਕੱਲਾ ਬੱਚੇ ਦਾ ਫਿਊਚਰ ਨਹੀਂ ਹੈ, ਇੱਕ ਬੰਦੇ ਨਾਲ 4 ਬੰਦਿਆਂ ਦਾ ਹੋਰ ਫਿਊਚਰ ਹੈ. ਸਿਰਫ ਪੈਸੇ ਦੇ ਲਾਲਚ ਵਿੱਚ ਉਹਨੂੰ ਨਾ ਖਰਾਬ ਕਰਕੇ ਸਹੀ ਗਾਈਡੈਂਸ ਦਿੱਤੀ ਜਾਵੇ. ਬਿਲਕੁਲ. ਜੇ ਆਪਾਂ ਅੱਜ ਦੀ ਦੌਰ ਦੀ ਗੱਲ ਕਰੀਏ, ਇੰਟਰਵਿਊ ਪ੍ਰੈਪਰੇਸ਼ਨ ਜਾਂ ਇੰਗਲਿਸ਼ ਐਬਿਲਿਟੀ ਟੈਸਟ, ਇਹ ਬੱਚੇ ਦੀ ਭਲਾਈ ਨਹੀਂ ਹੈ. ਬਿਲਕੁਲ. ਇਹ ਬੱਚੇ ਨੂੰ ਵੀ ਸਮਝਣਾ ਪਏਗਾ, ਸਿਰਫ ਵੀਜ਼ਾ ਦੇ ਲਾਲਚ ਵਿੱਚ. ਅਸੀਂ ਬਹੁਤ ਸਾਰੇ ਬੱਚਿਆਂ ਨੂੰ ਸਾਡੇ ਕੋਲ ਜਦੋਂ ਵੀ ਕਾਉਂਸਲਿੰਗ ਦੇ ਵਿੱਚ ਆਉਂਦੇ ਨੇ, ਕਿਸੇ ਵੀ ਸੈਂਟਰ ਦੇ ਵਿੱਚ ਆਉਣ, ਅਸੀਂ ਹਰ ਇੱਕ ਬੱਚੇ ਨੂੰ ਇਹ ਚੀਜ਼ ਸਮਝਾਈ ਦੀ ਹੈ ਕਿ ਜੇ ਤੇਰੇ ਕੋਲ ਬੇਸ਼ੱਕ ਤੂੰ ਪੰਜਾਬੀ ਮੀਡੀਅਮ ਪੜਿਆ ਆ, ਜੇ ਤੂੰ ਸਾਡੇ ਕਾਉਂਸਲਰਸ ਨਾਲ ਗੱਲ ਨਹੀਂ ਕਰ ਸਕਦਾ, ਕੱਲ੍ਹ ਨੂੰ ਅੰਬੈਸੀ ਤੋਂ ਇੰਟਰਵਿਊ ਕੰਡਕਟ ਹੋਣੀ ਆ, ਤੂੰ ਉਹਨਾਂ ਦਾ ਜਵਾਬ ਕਿੱਦਾਂ ਦੇਂਗਾ? ਰੱਟਾ ਮਾਰ ਕੇ ਜਵਾਬ ਨਹੀਂ ਦਿੱਤਾ ਜਾਏਗਾ. ਕਿਉਂ? ਜੇ ਉਹਨੂੰ ਇੰਗਲਿਸ਼ ਆਉਂਦੀ ਆ ਤੇ ਉਹਨੂੰ ਰੱਟੇ ਮਾਰਨ ਦੀ ਜ਼ਰੂਰਤ ਹੀ ਨਹੀਂ ਜੀ. ਬਿਲਕੁਲ. ਕਿਉਂ? ਜਿਹੜੀ ਇੰਟਰਵਿਊ ਹੋਣੀ ਆ ਉਹਦੀ ਹੀ ਜ਼ਿੰਦਗੀ ਦੇ ਉੱਤੇ ਹੋਣੀ ਹੈ ਕਿ ਉਹਨੇ ਅੱਜ ਤੱਕ ਪੜ੍ਹਿਆ, ਕਿਉਂ ਉਹਨੇ ਨਿਊਜ਼ੀਲੈਂਡ ਨੂੰ ਚੂਜ਼ ਕੀਤਾ, ਕਿਉਂ ਉਹਨੇ ਆਹ ਕੋਰਸ ਲਿੱਤਾ, ਕਿਉਂ ਉਹਨੇ ਆਹ ਕਾਲਜ ਲਿੱਤਾ. ਇਹ ਸਾਰੀ ਚੀਜ਼ ਜੇ ਨਿਚੋੜ ਕੱਢ ਲਈਏ, ਇਹ ਸਾਰਾ ਕੁਝ ਲਿਖ ਕੇ ਬੱਚਾ ਦਿੰਦਾ ਆਪਣੀ SOP, ਸਟੇਟਮੈਂਟ ਆਫ ਪਰਪਸ. ਬਿਲਕੁਲ. ਜਿਹੜੀ ਨੀਹਾਂ ਫਾਊਂਡੇਸ਼ਨ, ਇੱਕ ਮੇਨ ਜਿਹੜੀ ਕਹੂੰਗਾ ਕਾਗਜ਼ ਹੈ ਜਿਹੜਾ ਐਪਲੀਕੇਸ਼ਨ ਚ ਲੱਗਦਾ. ਜੀ ਬਿਲਕੁਲ. ਜੇ ਉਹਨਾਂ ਚੀਜ਼ਾਂ ਇਨਵੋਲਵਮੈਂਟ ਹੋਣੀ ਹੈ, ਹਾਂ ਬੱਚਾ ਇੰਨੇ ਜੋਗਾ, ਯਾਨੀ ਕਿ ਆਪਣੀ SOP ਮੇਨਟੇਨ ਕਰ ਦੇ, SOP ਤੁਹਾਨੂੰ ਲਿਖ ਕੇ ਦੇ ਦੇਵੇ ਅੰਬੈਸੀ ਵਾਸਤੇ, ਸੋ ਉਹ ਬੱਚਾ ਕੁਝ ਵੀ ਨਹੀਂ ਕਰ ਸਕਦਾ, ਉਹ ਆਪਣਾ ਵੀ ਟਾਈਮ ਖਰਾਬ ਕਰੇਗਾ ਫਿਊਚਰ ਦੇ ਵਿੱਚ, ਪੇਰੈਂਟਸ ਦਾ ਲੱਗਾ ਜਿਹੜਾ ਸਾਰੀ ਉਮਰ ਦਾ ਮਿਹਨਤ ਦਾ ਪੈਸਾ ਆ ਉਹ ਖਰਾਬ ਕਰੇਗਾ. ਲਵੀ ਜੀ ਇੱਥੇ ਆਉਣਾ ਚਾਹੁੰਦਾ SOP ਤੇ,
SOP ਏਜੰਟ ਨੇ ਲਿਖਤੀ, ਬੱਚੇ ਨੂੰ ਇਹੀ ਸਮਝਾਉਂਦੇ ਹਾਂ, ਏਜੰਟ ਨੇ SOP ਲਿਖਤੀ ਕਿਸੇ ਬੱਚੇ ਦੀ, ABC ਕੋਈ ਵੀ ਨਾਮ ਲੈਂਦੇ ਹਾਂ, ਉਹਦੀ ਇੰਟਰਵਿਊ ਕਾਲ ਆ ਜਾਂਦੀ ਹੈ, ਬੱਚੇ ਨੂੰ ਖੁਦ ਹੀ ਨਹੀਂ ਪਤਾ SOP 'ਚ ਲਿਖਿਆ ਕੀ ਹੈ, ਕੀ ਉਹਨੇ ਦੱਸਿਆ, ਕਿਉਂਕਿ ਮੇਨ ਇੰਟਰਵਿਊ 'ਚ ਸਵਾਲ ਕੀ ਹੋਣੇ, SOP ਨਾਲ ਰਿਲੇਟਡ ਹੋਣੇ ਆ। ਬੇਸ਼ੱਕ ਇੱਕ ਵੀਜ਼ਾ ਆਫੀਸਰ ਉਹਦੀ ਇੰਟਰਵਿਊ ਕੰਡਕਟ ਕਰ ਰਿਹਾ ਵਾ, ਉਹ ਬੱਚੇ ਨੂੰ ਕਹਿ ਰਿਹਾ ਤੂੰ SOP ਦੇ ਵਿੱਚ ਆਹ ਮੈਂਸ਼ਨ ਕੀਤਾ ਆ, ਬੱਚੇ ਨੂੰ ਪਤਾ ਨਹੀਂ ਉਹਦੀ SOP 'ਚ ਕੀ ਲਿਖਿਆ ਹੋਊਗਾ, ਉਹ ਨਾ ਵੀ ਲਿਖਿਆ ਹੋਊਗਾ, ਫੋਰ ਐਗਜ਼ਾਮਪਲ ਉਹ ਇੰਟਰਵਿਊ ਦੇ ਟਾਈਮ ਦੇ ਉੱਤੇ ਬੱਚੇ ਨੂੰ ਕਲੀਅਰ ਕਰਨ ਵਾਸਤੇ ਕਿ ਵਾਕਈ ਬੱਚੇ ਨੇ SOP ਲਿਖੀ ਜਾਂ ਨਹੀਂ ਲਿਖੀ, ਉਹ ਬੱਚੇ ਨੂੰ ਕਹੂਗਾ ਤੇਰੀ SOP ਦੇ ਵਿੱਚ ਆਹ ਚੀਜ਼ ਫਲਾਣੀ ਫਲਾਣੀ ਮੈਂਸ਼ਨ ਸੀਗੀ, ਬੱਚਾ ਕਹੂਗਾ ਜੀ 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 ਬਿਲਕੁਲ ਸੀਗੀ, ਜਦਕਿ ਉਹ ਨਹੀਂ ਹੁੰਦੀ ਉੱਥੋਂ ਫੜਿਆ ਜਾਂਦਾ ਕਿ ਹਾਂ ਵੀ SOP ਵੀ ਇਹਨੇ ਨਹੀਂ ਲਿਖੀ, ਉੱਥੋਂ ਵੀਜ਼ਾ ਰਿਫਿਊਜ਼। ਇਹ ਕੀ ਮੈਸੇਜ ਆ ਜਿਹੜੇ ਬੱਚੇ ਆਪ SOP 'ਚ ਇਨਵੋਲਵ ਨਹੀਂ ਹੋ ਰਹੇ ਆ, ਏਜੰਟ ਉਹਨਾਂ ਨੂੰ ਨਹੀਂ ਕਰ ਰਹੇ, ਕਿ ਬੱਚਿਆਂ ਨੂੰ ਕੀ ਕਰਨਾ ਚਾਹੀਦਾ? ਬੱਚਿਆਂ ਨੂੰ ਇਹਦੇ ਵਿੱਚ ਆਲਰੇਡੀ ਆਪਾਂ ਗੱਲ ਕੀਤੀ ਕਿ ਕੰਪਿਊਟਰ ਦਾ ਯੁੱਗ ਹੋ ਚੁੱਕਾ, ਬੱਚੇ ਆਲਰੇਡੀ ਅਵੇਅਰ ਹੋ ਕੇ ਸਾਹਮਣੇ ਵਾਲੇ ਬੰਦੇ ਤੇ ਯਕੀਨ ਕਰਨ ਪਹਿਲਾਂ ਤੇ, ਨੰਬਰ 1। ਨੰਬਰ 2, ਜਦੋਂ ਆਪਾਂ SOP ਦੀ ਗੱਲ ਕਰਦੇ ਹਾਂ, ਹਰੇਕ ਬੱਚੇ ਨੂੰ ਆਲਰੇਡੀ ਪਤਾ ਹੈ SOP ਉਹੀ ਬੱਚਾ ਲਿਖ ਪਾਏਗਾ ਜਿਹੜਾ ਬੱਚਾ ਇੰਗਲਿਸ਼ ਲਿਖ ਸਕਦਾ ਹੈ ਚੰਗੀ ਤਰ੍ਹਾਂ, ਜਿਹੜਾ ਬੱਚਾ ਇੰਗਲਿਸ਼ ਸਮਝ ਸਕਦਾ ਹੈ ਚੰਗੀ ਤਰ੍ਹਾਂ, ਇੰਗਲਿਸ਼ ਬੋਲ ਸਕਦਾ ਹੈ ਚੰਗੀ ਤਰ੍ਹਾਂ, ਵਿਦਆਊਟ ਆਇਲਸ ਜਾਏਗਾ ਵੀ ਉਹੀ, ਵਿਦਆਊਟ ਆਇਲਸ ਜਾਏਗਾ ਵੀ, ਜੈਨੂਇਨ ਬੱਚਾ ਹੀ ਉਹ ਆ। ਵਿਦਆਊਟ ਆਇਲਸ ਗੌਰਮੈਂਟ ਨੇ ਜਿਹੜਾ ਆਪਣੇ ਐਂਡ ਤੇ ਕੱਢਿਆ ਸੀ ਕਿ ਵਿਦਆਊਟ ਆਇਲਸ ਬੱਚੇ ਜਾਣਗੇ, ਗੌਰਮੈਂਟ ਦੇ ਐਂਡ ਤੇ ਇਹੀ ਬੱਚਾ ਜੈਨੂਇਨ ਆ ਜਿਹਨਾਂ ਵਾਸਤੇ ਬੇਸਿਕਲੀ ਉਹਨਾਂ ਨੇ ਕਿਹਾ IELTS ਦਾ ਪੇਪਰ ਤੁਹਾਡੇ ਕੋਲ ਤੁਸੀਂ ਨਹੀਂ ਦਿੱਤਾ, ਸਰਟੀਫਿਕੇਟ ਨਹੀਂ ਹੈ ਤਾਂ ਉਹਦੀ ਲੋੜ ਨਹੀਂ ਹੈ, ਥੋੜਾ ਲੈਵਲ ਆਫ ਇੰਗਲਿਸ਼ ਜਿਹੜਾ ਹੈਗਾ ਆ ਲਿਖਣ ਦਾ, ਪੜ੍ਹਨ ਦਾ, ਸੁਣਨ ਦਾ, ਬੋਲਣ ਦਾ, ਉਹ ਬਰਾਬਰ ਜੋ ਚਾਰ ਚੀਜ਼ਾਂ ਟੈਸਟ ਦੇ ਵਿੱਚ ਹੁੰਦੀਆਂ, ਉਹ ਕਹਿੰਦੇ ਨਹੀਂ ਟੈਸਟ ਦਿੱਤਾ ਕੋਈ ਚੱਕਰ ਨਹੀਂ ਹੈਗਾ, ਬਟ ਤੁਹਾਡੇ ਕੋਲ ਇੰਨੀ ਐਬਿਲਿਟੀ ਤਾਂ ਹੋਣੀ ਚਾਹੀਦੀ। ਪਹਿਲੇ ਤਾਂ ਆਪਾਂ ਨੂੰ ਉਹੀ ਗੱਲ ਕਰੀਏ, ਕੈਰੀ ਕਾਉਂਸਲਿੰਗ ਬੱਚੇ ਨੂੰ ਇਹ ਵੀ ਸਮਝਾਉਣਾ ਪਏਗਾ ਨਾ, ਏਜੰਟਾਂ ਨੂੰ ਸਾਰਿਆਂ ਨੂੰ, ਕੰਸਲਟੈਂਟਸ ਨੂੰ ਸਾਰਿਆਂ ਨੂੰ, ਵੀ ਇੰਗਲਿਸ਼ ਦੀ ਮਹੱਤਤਾ ਕੀ, ਲੈਂਗੁਏਜ ਦੀ ਇੰਪੋਰਟੈਂਸ ਕੀ ਹੈ, ਇਹ ਪੜ੍ਹਨ ਦੇ ਵਿੱਚ ਨਹੀਂ, ਸਿਰਫ ਉਹ ਇੱਕ ਆਪਣੇ ਲਾਲਚ ਵਾਸਤੇ, ਆਲਰੇਡੀ ਆਪਾਂ ਗੱਲ ਕੀਤੀ ਕਿ ਸਿਰਫ ਵੀਜ਼ਾ ਲੈਣ, ਸਿਰਫ ਇੱਕ ਵੀਜ਼ਾ ਲੈਣ ਵਾਸਤੇ, ਸਭ ਤੋਂ ਪਹਿਲਾਂ ਕੀ ਹੈ ਕਿ ਕੰਸਲਟੈਂਟ ਤੇ ਆਂਦਾ ਜਾਂਦਾ, ਬੱਚਾ ਹੀ ਕਹਿੰਦਾ ਮੈਂ ਨਹੀਂ ਬੋਲ ਸਕਦਾ, ਇਹ ਤੁਸੀਂ ਦੱਸੋ ਕੀ ਹਾਲ ਆ, ਮੈਂ ਨਹੀਂ ਬੋਲ ਸਕਦਾ। ਸੋ ਇਹ ਜਿੰਨੇ ਮੇਰੇ ਏਜੰਟਸ ਭਰਾ ਵਾ, ਇਸ ਇੰਡਸਟਰੀ ਨੂੰ ਵੀ ਬਚਾਉਣ ਵਾਸਤੇ ਨਾ, ਜੋ ਵੀ ਸਿਸਟਮ ਹੈ ਨਾ, ਪਹਿਲਾਂ ਤੁਹਾਨੂੰ ਆਪ ਨੂੰ ਸਟਰੋਂਗ ਹੋਣਾ ਪਏਗਾ ਕਿ ਜੋ ਨੋਰਮਸ ਹੈ ਨਾ, ਜੈਨੂਇਨ ਕੰਮ ਵੀ ਤੁਸੀਂ ਕਰ ਲਓ ਤੇ ਤੁਸੀਂ ਆਪਣੀ ਬੜੀ ਇੱਜ਼ਤ ਦੀ ਰੋਟੀ ਖਾ ਸਕਦੇ ਹੋ ਇਸ ਇੰਡਸਟਰੀ ਦੇ ਵਿੱਚ, ਠੀਕ ਹੈ, ਲਾਲਚ ਦੇ ਵਿੱਚ ਨਹੀਂ ਪੈਣਾ ਚਾਹੀਦਾ। ਸੋ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਜਿੰਨਾ ਤੁਹਾਡੇ ਕੋਲ ਜੈਨੂਇਨ ਬੱਚਾ ਹੁੰਦਾ, ਬੱਚਾ ਆਉਂਦਾ, ਤੁਸੀਂ ਸਾਫ਼ ਉਹਨੂੰ ਮਨਾ ਕਰੋ ਕਿ ਹਾਂ ਵੀ ਆ ਤੇਰੇ ਕੋਲ ਆਹ ਚੀਜ਼ ਹੈਨੀ ਆ, ਕੰਪਲੀਟ ਕਰ ਲਿਆ ਤੇ ਹੋ ਜਾਏਗਾ। ਬੱਚਾ ਪਤਾ ਕੀ ਕਹਿੰਦਾ ਸਾਨੂੰ, ਸਾਡੇ ਕੋਲ ਆਉਂਦਾ ਬੜੀ ਯਾਰੀ, ਤੁਸੀਂ ਭਾਅ ਜੀ ਇੱਦਾਂ ਕਹਿੰਦੇ ਪਏ ਆ, ਉੱਥੇ ਮੈਂ ਗਿਆ ਸੀ ਉਹ ਤਾਂ ਕਹਿੰਦੇ ਹੋ ਜਾਊਗਾ, ਫਿਰ ਅਸੀਂ ਕਹੀਦਾ ਉੱਥੋਂ ਕਰਾ ਲੈ, ਤੇ ਫਿਰ ਕੀ ਹੁੰਦਾ, ਉਹਦੀ ਕੁਛ ਨਾ ਕੁਛ ਡਾਕੂਮੈਂਟੇਸ਼ਨ ਦੇ ਚੇਂਜਸ ਆਉਂਦੀ ਆ ਜਾਂ ਕੁਛ ਹੋਰ ਆਉਂਦਾ ਆ, ਇਨ ਕੇਸ ਉਹਦਾ ਵੀਜ਼ਾ ਵੀ ਲੱਗ ਗਿਆ ਕਿਸੇ ਵੀ ਤਰੀਕੇ ਦੇ ਨਾਲ, ਠੀਕ ਹੈ, ਉਹ ਸਾਨੂੰ ਆ ਗਿਆ, ਤੁਸੀਂ ਕਹਿੰਦੇ ਸੀ ਹੋਣਾ ਨਹੀਂ ਆ, ਹੋ ਗਿਆ। ਸੋ ਰੀਜ਼ਨ ਕੀ ਸੀਗਾ ਉਹਦਾ, ਕਿ ਅਸੀਂ ਉਹ ਅਨਜੈਨੂਇਨ ਜਿਹੜੀ ਚੀਜ਼ ਸੀਗੀ ਉਹਨੂੰ ਮਨਾ ਕਰਤਾ ਸੀਗਾ, ਬਟ ਉਹਦਾ ਮਕਸਦ ਇਹ ਸੀ ਕਿ ਮੈਂ ਬਾਹਰ ਪਹੁੰਚਣਾ ਜੀ, ਉਹ ਏਜੰਟ ਦਾ ਮਕਸਦ ਸੀ ਮੈਂ ਤੋਂ ਪੈਸਾ ਕਮਾਉਣਾ। ਇੱਥੇ ਮਾਪਿਓ ਨੂੰ, ਪੇਰੈਂਟਸ ਨੂੰ ਵੀ ਅਵੇਅਰ ਹੋਣਾ ਪਏਗਾ, ਜਿਹੜੇ ਬੱਚੇ ਨੇ, ਮੈਂ +2 ਵਾਲਾ ਦੀ ਗੱਲ ਕਰਦਾ, ਜਿਹੜਾ ਹੁਣ ਸਕੂਲਿੰਗ ਪਾਸ ਕੀਤੀ ਆ, ਉਹਨੂੰ ਦੁਨੀਆਦਾਰੀ ਦਾ ਨਹੀਂ ਪਤਾ, ਉਹਨੇ ਇੱਕ ਦੇਖਿਆ ਬਾਹਰ ਜਾ ਕੇ ਪੜ੍ਹ ਸਕਦੇ ਆ, ਉਹਦੀ ਇੱਕ ਆਪਸ਼ਨ ਹੈਗੀ ਆ, ਉਹ ਅੱਖਾਂ ਬੰਦ ਕਰਕੇ ਯਕੀਨ ਕਰ ਸਕਦਾ। ਪਰ ਲਵੀ ਜੀ ਗੱਲ ਬਿਲਕੁਲ ਸਹੀ ਹੈ, ਜਦ ਤੱਕ ਤੁਸੀਂ ਅਵੇਅਰ ਨਹੀਂ ਹੁੰਦੇ ਇਹੋ ਜਿਹੀ ਮਿਸਗਾਈਡੈਂਸ ਚੱਲਦੀ ਰਹੇਗੀ। ਸਿਰਫ ਵੀਜ਼ਾ ਲੈਣਾ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਵੀਜ਼ੇ ਤੋਂ ਬਾਅਦ ਜਿਹੜੀ ਜ਼ਿੰਦਗੀ ਸ਼ੁਰੂ ਹੋਣੀ ਹੈ, ਐਟਮੋਸਫੇਅਰ, ਕਲਚਰ, ਦੁਨੀਆ, ਹਰ ਬੰਦਾ ਉੱਥੇ ਬਦਲ ਜਾਣਾ, ਤੁਸੀਂ ਉੱਥੇ ਇਕੱਲੇ ਰਹਿਣਾ, ਇਸ ਬੜਾ ਸੋਚ ਕੇ ਡਿਸੀਜ਼ਨ ਲੈਣਾ ਨਾ। ਇੱਕ ਸਟੂਡੈਂਟ ਵੀਜ਼ਾ ਲੀਗਲ ਵੇ ਹੈ, ਬਟ ਸੋਚ ਕੇ, ਅੱਜ ਨਿਊਜ਼ੀਲੈਂਡ ਦੀ ਗੱਲ ਚੱਲ ਰਹੀ ਹੈ, IPP ਦੀ ਗੱਲ ਚੱਲਦੀ ਹੈ, ਉਹਦੇ ਵਿੱਚ ਵਿਦਆਊਟ ਆਈਲੈਟਸ ਦੀ ਗੱਲ ਚੱਲਦੀ ਹੈ, ਇਹੀ ਹਾਈਲਾਈਟ ਕਰਕੇ ਸਟੂਡੈਂਟ ਨੂੰ ਭਰਮਾਉਣ ਦੀਆਂ ਐਡਸ ਦਿੱਤੀਆਂ ਜਾ ਰਹੀਆਂ ਨੇ। ਬੇਸਿਕਲੀ ਨਿਊਜ਼ੀਲੈਂਡ ਸਮਝਣ ਦੀ ਲੋੜ ਹੈ, ਵਿਦਆਊਟ ਆਈਲੈਟ ਜਿਵੇਂ ਲਵੀ ਜੀ ਨੇ, ਕਿ ਉਹ ਕੰਸਲਟੈਂਟਸ ਜਦੋਂ +2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ, ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਬੱਚਿਆਂ ਨੂੰ ਜਦੋਂ ਕੋਰਸਿਸ ਦੇ ਵਿੱਚ ਪਾਉਂਦੇ ਨੇ, ਅਗਰ ਇੰਡੀਆ ਦੀ ਗੱਲ ਕਰੀਏ ਆਪਾਂ, ਇੱਥੇ ਬੱਚਾ ਇੱਕ ਮਾਸਟਰਸ ਕਰ ਰਿਹਾ, BA ਕਰ ਰਿਹਾ, ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਜਾਂ ਕੰਪਿਊਟਰਸ ਦੇ ਵਿੱਚ ਕਰ ਰਿਹਾ, ਜਾਂ ਫਰਦਰ MBA ਕਰ, ਉੱਥੇ ਉਹਨਾਂ ਨੇ ਇਹਨਾਂ ਐਜੂਕੇਸ਼ਨਸ ਦੇ ਨਾਲ ਇੱਕ ਲੈਵਲ ਮੈਂਸ਼ਨ ਕੀਤਾ, ਲੈਵਲ 5, ਲੈਵਲ 6, ਲੈਵਲ 7, ਲੈਵਲ 8, ਲੈਵਲ 9, ਅਪ ਟੂ ਲੈਵਲ 10। ਮੇਰੇ ਖਿਆਲ ਅੱਜ ਮੈਕਸਿਮਮ ਏਜੰਟਸ ਨੂੰ ਲੈਵਲਸ ਦਾ ਨਹੀਂ ਪਤਾ, ਬਿਲਕੁਲ ਇਹੀ ਗੱਲ ਤੇ ਨਾ ਰਿਹਾ ਸੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਬੱਚੇ ਨੂੰ ਕਿਸ ਆਪਾਂ ਲੈਵਲ ਦੇ ਵਿੱਚ ਐਡਮਿਸ਼ਨ ਕਰਵਾ ਰਹੇ ਹਾਂ। ਫਿਰ ਵਨ ਥਿੰਗ,
ਸੈਕਿੰਡ ਥਿੰਗ ਉਹ ਕਿਸ ਕਾਲਜ ਦੇ ਵਿੱਚ ਪਾ ਰਹੇ ਨੇ, ਉਹ ਕਾਲਜ ਕਿਸ ਕੈਟਾਗਰੀ ਦੇ ਵਿੱਚ ਆ ਰਿਹਾ ਹੈ। ਜਿਹੜੀ ਗ੍ਰੈਜੂਏਟਡ ਜਾਂ ਮਾਸਟਰ ਕੀਤੀ ਉਹਨੂੰ ਡਿਪਲੋਮੇ 'ਚ ਪਾਈ ਜਾਂਦੇ ਹੋ, ਜੀ ਬਿਲਕੁਲ, ਲੈਵਲ 5 ਦੇ ਕੋਰਸ ਭੇਜ ਰਹੇ ਆ, ਹਾਂ, ਕਾਫੀ ਰਿਜੈਕਸ਼ਨਸ ਐਸੀਆਂ ਵੀ ਦੇਖਣ ਨੂੰ ਮਿਲੀਆਂ, ਜੀ ਬਿਲਕੁਲ। ਤੁਹਾਡੇ ਕੰਸਲਟੈਂਟ ਦਾ ਸੀ ਕਹਿੰਦੇ ਉਹਨੇ ਹਮੇਸ਼ਾ ਵੀ ਕੱਕੇ ਬਹੁਤ ਇੰਪੋਰਟੈਂਟ ਨੇ, ਪਹਿਲਾ ਕੱਕਾ ਜਿਹੜਾ ਤੁਹਾਡਾ ਕੰਸਲਟੈਂਟ ਉਹ ਚੂਜ਼ ਕਰਨਾ ਅਵੇਅਰਨੈਸ ਦੇ ਸਦਕੇ, ਕਿਉਂਕਿ ਸਾਰਾ ਤੁਹਾਡਾ ਦਮੋਦਰ ਉੱਥੇ ਖੜ ਜਾਂਦਾ, ਫਿਰ ਕੱਕਾ ਕੰਟਰੀ, ਕੋਰਸ, ਕਾਲਜ ਅਤੇ ਕੱਕਾ ਕਿਉਂ ਦਾ ਸਵਾਲ ਜਿਹੜਾ ਉਹ ਤੁਸੀਂ ਜ਼ਰੂਰ ਪੁੱਛਿਆ ਕਰੋ ਵੀ ਜੇ ਇਨਫੋਰਮੇਸ਼ਨ ਕਿਉਂ, ਜੇ ਬਾਕੀ ਨਾ ਕਹਿ ਰਹੇ ਤੁਸੀਂ ਹਾਂ ਕਹਿ ਰਹੇ ਹੋ ਕਿਉਂ, ਇਹ ਜਦ ਤੱਕ ਇਹ ਕੱਕੇ ਨਹੀਂ ਪੁੱਛਦੇ ਮੇਰੇ ਖਿਆਲ ਉਦੋਂ ਤੱਕ ਜ਼ਰੂਰ। ਬਹੁਤ ਸਾਰੇ ਏਜੰਟ ਆ, ਤੁਹਾਨੂੰ ਮੈਂ ਗੱਲ ਦੱਸਦਾ ਹਾਂ ਕਿ ਥੋੜ੍ਹੇ ਦਿਨ ਹੀ ਹੋਏ ਹਲੇ, ਮੇਰੇ ਕੋਲ ਇੱਕ ਸਟੂਡੈਂਟ ਸੀਗਾ, ਹਸਬੈਂਡ ਵਾਈਫ ਸੀਗੇ, ਉਹਨਾਂ ਨੇ ਸਪਾਊਸ ਵੀਜ਼ਾ ਅਪਲਾਈ ਕਰਨਾ ਸੀ ਫੋਰ ਨਿਊਜ਼ੀਲੈਂਡ। ਉਹਨਾਂ ਨੇ ਮੈਨੂੰ ਨੋਰਮਲੀ ਪੁੱਛਿਆ, ਕਹਿੰਦੇ ਭਾਅ ਜੀ, ਮੈਂ ਏਜੰਟ ਦਾ ਨਾਂ ਨਹੀਂ ਲਵਾਂਗਾ ਕਿ ਜਿਹਨਾਂ ਦਾ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਭਾਅ ਜੀ ਸਾਡੀ ਐਡਮਿਸ਼ਨ ਹੋ ਜਾਏਗੀ? ਮੈਂ ਕਿਹਾ ਬਿਲਕੁਲ ਹੋਏਗੀ। ਕਿਸ ਲੈਵਲ 'ਚ ਹੋਏਗੀ? ਮੈਂ ਕਿਹਾ ਜੀ ਲੈਵਲ 8 ਦੇ ਵਿੱਚ, ਜੋ ਉਹਦੀ ਪ੍ਰੋਫਾਈਲ ਸੀ ਉਹਦੇ ਅਕੋਰਡਿੰਗਲੀ। ਕੀ ਕੋਰਸ ਮਿਲੇਗਾ? ਆ ABC ਕੋਰਸ ਮਿਲੇਗਾ ਫਰਦਰ। ਕਿੰਨੀ ਦੇਰ ਦਾ ਕੋਰਸ ਆ? ਐਨੀ ਟਾਈਮ ਦਾ ਟਾਈਮ ਡਿਊਰੇਸ਼ਨ? 18 ਮਹੀਨੇ ਦੀ ਦੇਰੀ ਕੋਰਸ ਦੀ ਡਿਊਰੇਸ਼ਨ ਹੋਏਗੀ, ਲੈਵਲ 8 ਦਾ ਪ੍ਰੋਗਰਾਮ ਹੈ। ਕੀ ਮੇਰੇ ਹਸਬੈਂਡ ਮੇਰੇ ਨਾਲ ਹੀ ਜਾਣਗੇ ਜਾਂ ਮੇਰੇ ਹਸਬੈਂਡ ਮੇਰੇ ਤੋਂ 6 ਮਹੀਨੇ ਬਾਅਦ ਜਾਣਗੇ? ਅਤੇ ਮੈਂ ਉਹਨੂੰ ਦੱਸਿਆ ਕਿ ਜੋ ਆਹ ਕ੍ਰਾਈਟੀਰੀਆ ਹੈਗਾ, ਜਿੱਦਣ ਤੇਰੀ AIP ਆਉਂਦੀ ਹੈ ਅਪਰੂਵਲ, ਉਸ ਦਿਨ ਤੇਰੇ ਹਸਬੈਂਡ ਦਾ ਪਾਸਪੋਰਟ ਅੰਦਰ ਜਾਏਗਾ, ਉਹਦੇ ਅਕੋਰਡਿੰਗਲੀ ਉਹਨਾਂ ਦਾ ਵੀਜ਼ਾ ਲੱਗ ਕੇ ਆਏਗਾ। 5-7 ਦਿਨਾਂ ਦੇ ਗੈਪ ਦੇ ਵਿੱਚ ਦੋਨਾਂ ਦੇ ਜਿਹੜੇ ਤੁਹਾਡੇ ਵੀਜ਼ਾਜ਼ ਲੱਗ ਕੇ ਆਉਣਗੇ, ਆਲਰੇਡੀ ਜੋ ਸਿਸਟਮ ਹੈ ਐਮਬੈਸੀ ਦਾ ਸਪਾਊਸ ਵੀਜ਼ਾ ਵਾਸਤੇ। ਸੋ ਉਹ ਕਹਿੰਦੇ ਜੀ ਅਸੀਂ ਇੱਥੇ ਜਗ੍ਹਾ ਗਏ ਸੀ, ਉਹ ਕਹਿੰਦੇ ਤੁਹਾਡੀ ਲੈਵਲ 8 ਦੇ ਵਿੱਚ ਐਡਮਿਸ਼ਨ ਹੀ ਨਹੀਂ ਹੋ ਸਕਦੀ, ਹਸਬੈਂਡ ਕਦੇ ਵੀ ਨਾਲ ਹੀ ਨਹੀਂ ਜਾ ਸਕਦਾ। ਦੇਖੋ ਕਈ ਕੰਸਲਟੈਂਟਸ ਨੂੰ ਤਾਂ ਰਾਈਟਸ ਹੀ ਨਹੀਂ ਹੈ ਵੀ ਉਹ ਸਪਾਊਸ ਵੀਜ਼ਾ ਡੀਲ ਕਰਦੇ, ਜਾਂ ਨੌਲੇਜ ਨਹੀਂ ਹੈ। ਜਿਹਨਾਂ ਨੌਲੇਜ ਹੈ ਨਹੀਂ ਨਾ, ਰਾਈਟ ਸਿਰਫ ਜਿਹਨੇ NZSA ਉਹ ਅਪਲਾਈ ਕਰ ਰਹੇ, ਜਾਂ IAA ਜਿਹੜਾ ਹੈਗਾ ਉਹੀ ਅਪਲਾਈ ਕਰ ਰਿਹਾ, ਜਾਂ ਜਿਹੜਾ ਕਲਾਇੰਟ ਹੈਗਾ ਉਹ ਇੰਡੀਵਿਜੁਅਲੀ ਆਪਣੇ ਐਂਡ ਦੇ ਉੱਤੇ ਅਪਲਾਈ ਕਰ ਰਿਹਾ ਆ। ਬੇਸਿਕਲੀ ਫਿਰ ਸਵਾਲ ਜਿਹੜਾ ਜਵਾਬ ਉੱਥੇ ਆਏ ਖੜ ਜਾਂਦਾ, ਕੰਸਲਟੈਂਟ ਕਿੰਨਾ ਕੁ ਤੁਹਾਡਾ ਕਾਬਿਲ ਹੈ, ਕੀ ਉਹਨੇ ਵਰਕਆਊਟ ਪਾਸ ਦੇ ਵਿੱਚ ਕੀਤਾ ਹੈ, ਰਿਸਰਚ ਕਿੰਨੀ ਕੁ ਹੈ ਉਹਦੀ, ਆਪ ਕਿੰਨੇ ਕੁ ਵੀਜ਼ਾਜ਼ ਲੈ ਚੁੱਕੇ ਹੈ ਖੁਦ ਲਏ ਆ, ਕਿ ਸਿਰਫ ਦੇਖੋ ਦੇਖੀ ਬੋਰਡਸ ਲਾ ਕੇ 10 ਰੁਪਏ ਜਿਹੜੀ ਮੈਂ ਕਹੂੰਗਾ ਹੋਟਲ ਹੀ ਫਲੈਕਸ ਆ ਉਹ ਲਾ ਕੇ ਸਿਰਫ ਏਜੰਟ ਵੀ ਕਿਹਾ ਕੰਸਲਟੈਂਟ ਬਣਿਆ ਹੋਇਆ। ਕੋਈ ਵੀ ਕੰਸਲਟੈਂਟ ਕਹਿੰਦਾ ਨਾ ਕਿ ਮੈਂ ਆਹ ਚੀਜ਼ ਕੀਤੀ ਆ ਅੱਜ ਦੀ ਡੇਟ ਦੇ ਵਿੱਚ, ਹਨਾ, ਉਹਨੂੰ ਕੋਈ ਡਿਸਪਲੇ ਦਿਖਾ, ਫੋਰ ਐਗਜ਼ਾਮਪਲ ਵੀਜ਼ਾ ਦੀ ਕਾਪੀ ਸ਼ੋ ਕਰੇ ਨਾ ਕਿ ਹਾਂ ਵੀ ਆਹ ਚੀਜ਼ ਹੁੰਦੀ ਆ। ਮੈਂ ਇੱਕ ਬੰਦਾ ਕਹਿੰਦਾ ਮੇਰਾ 500 ਵੀਜ਼ਾ ਲਵਾਇਆ ਜੀ, ਜਦਕਿ ਉਹਨੇ 5 ਵੀ ਨਹੀਂ ਅਪਲਾਈ ਕੀਤੇ ਹੁੰਦੇ, ਤੇ ਉਹਨੂੰ ਅੱਜ ਵੀ ਫਾਈਲ ਭਰਨ ਨੂੰ ਕਹਦੇ ਤੇ ਉਹਨੂੰ ਪਤਾ ਨਹੀਂ ਹੁੰਦਾ ਕਿ ਫਾਈਲ ਦਾ ਫਾਰਮ ਹੀ ਕਿੱਥੋਂ ਸਟਾਰਟ ਹੋਣਾ ਜਾਂ ਕਿੱਥੋਂ ਡਾਊਨਲੋਡ ਹੋਣਾ। ਅੱਜ ਇੱਕ ਹੋਰ ਚੀਜ਼ ਫੜ ਲਈ ਵਿਦਆਊਟ ਆਈਲੈਟਸ ਦੇ ਨਾਲ, ਜਿਹੜੇ ਆਪਣੇ ਏਜੰਟ ਵੀਰਾਂ ਨੇ ਕੰਸਲਟੈਂਟ ਵੀ, IPP ਬਹੁਤ ਵਧੀਆ ਪ੍ਰੋਗਰਾਮ ਹੈ, ਇੰਡਸਟਰੀਅਲ ਪਾਰਟਨਰਸ਼ਿਪ ਪ੍ਰੋਗਰਾਮ, ਬਟ ਉਹਨੂੰ ਸਮਝਣ ਦੀ ਲੋੜ ਹੈ। ਸਿਰਫ ਉਹੀ ਰਸਤਾ ਨਹੀਂ ਹੈ, ਅੱਜ ਵੀ ਜਨਰਲ ਚੱਲਦਾ, ਬਿਲਕੁਲ ਜਨਰਲ ਨੂੰ ਬੁਲਾ ਕੇ ਸਿਰਫ IPP ਵੱਲ ਬੱਚਿਆਂ ਨੂੰ ਤੋਰ ਦਿੱਤਾ ਜਾ ਰਿਹਾ। ਉਹਦੇ ਵਿੱਚ ਕੀ ਹੈ ਕਿ ਹਾਂਜੀ ਜੀ ਥਰਡ ਪਾਰਟੀ ਤੁਸੀਂ ਫੰਡ ਲਗਾ ਰਹੇ ਹੋ, ਜੈਨੂਅਨ ਬੱਚਾ ਜੇ ਕਹੇ ਕਿ ਹਾਂ ਵੀ ਮੈਂ IPP ਦੇ ਅੰਡਰ ਫੋਰ ਐਗਜ਼ਾਮਪਲ ਆ, ਇੰਨੇ ਕਾਲਜ ਆ ਰਹੇ ਆ, 10 ਕਾਲਜ ਆ ਰਹੇ, ਉਹਨਾਂ ਦੇ ਵਿੱਚੋਂ ਕਿਹੜੇ ਕਾਲਜ ਦੇ ਵਿੱਚ ਬੱਚੇ ਦੀ ਕਿਤੇ ਚੂਜ਼ਿੰਗ ਆ ਜਾਂਦੀ ਹੈ। ਸਾਡੇ ਕੋਲ ਇੱਕ ਬੱਚਾ ਆਉਂਦਾ ਜੀ ਮੈਂ ਨਿਊਜ਼ੀਲੈਂਡ ਜਾਣਾ, ਮੈਂ ਕੋਰਸਿਸ ਹੈਗੇ ਜਿਹੜੇ ਰੈਲੇਵੈਂਟ ਹੈ ਹੀ ਨਹੀਂ ਉਹਨਾਂ ਦੇ ਵਿੱਚ, ਉਹਨਾਂ ਦੇ ਨਾਲ, ਬਟ ਫਿਰ ਵੀ ਉਹ IPP ਦਾ ਉਹਨਾਂ ਨੂੰ ਝਾਂਸਾ ਦੇ ਕੇ ਕਿ ਹਾਂ ਤੁਸੀਂ ਉਹਦੇ ਵਿੱਚ ਹੀ ਅਪਲਾਈ ਕਰੋ, ਜਦਕਿ ਆਲਰੇਡੀ ਹੋਰ ਬਹੁਤ ਸਾਰੇ ਗਵਰਨਮੈਂਟ ਪੋਲੀਟੈਕਨਿਕ ਕਾਲਜਸ ਹੈਗੇ ਨੇ। ਮੇਨ ਉਹਦੇ ਚ ਰੀਜ਼ਨ ਇਹ ਵੀ ਦੱਸਿਆ ਜਾਂਦਾ ਵੀ 5 ਦਿਨਾਂ ਚ ਵੀਜ਼ਾ ਆ ਜਾਏਗਾ, ਬਿਲਕੁਲ। ਜਿਹੜਾ 22 ਸਾਲ 18 ਸਾਲ ਇੱਥੇ ਰਹਿ ਲਿਆ ਉਹ ਮਹੀਨੇ ਬਾਅਦ ਵੀ ਵੀਜ਼ਾ ਲੈ ਲਿਆ, ਆਲਰੇਡੀ ਅੰਬੈਸੀ ਨੇ ਜੀ ਆਪਣੀ ਨੋਰਮਲ ਜਨਰਲ ਦੇ ਵਿੱਚ ਵੀਜ਼ਾ ਕੈਟੇਗਰੀ ਦੀ ਟਾਈਮ ਡਿਊਰੇਸ਼ਨ ਰੱਖੀ ਹੈ ਆਪਣਾ ਜਵਾਬ ਦੇਣ ਲਈ, ਦੈਟ ਇਜ਼ 15 ਵਰਕਿੰਗ ਡੇਜ਼। ਤੋਂ 15 ਦਿਨਾਂ ਦੇ ਵਿੱਚ ਜਿਹੜੀ ਜੇ 5 ਦਿਨਾਂ 'ਚ ਆ ਰਹੀ 10 ਦਿਨ ਹੋਰ ਸੀ, ਜਿਹਨੇ ਸਾਰੀ ਉਮਰ ਆਲਰੇਡੀ ਇੰਡੀਆ ਵਿੱਚ ਲਗਾ ਦਿੱਤੀ ਹੈ, ਤੁਹਾਨੂੰ 10 ਦਿਨਾਂ ਨਾਲ ਕੀ ਫਰਕ ਪੈਗਾ, ਨੰਬਰ 1। ਨੰਬਰ 2, ਤੂੰ ਸਾਰੀ ਉਮਰ ਪਤਾ ਨਹੀਂ ਹੁਣ ਦੁਬਾਰਾ ਤੂੰ ਵਾਪਸ ਜਦੋਂ ਆਉਣਾ ਹੈ, ਸਾਲ ਬਾਅਦ ਚੱਕਰ ਲਗਾਉਣਾ, 2 ਸਾਲ ਬਾਅਦ, 3 ਸਾਲ ਬਾਅਦ, 10 ਦਿਨ ਹੋਰ ਕਰਦਿਆਂ ਦੇ ਨਾਲ ਗੁਜ਼ਾਰ। ਸੋ ਹਰ ਚੀਜ਼ ਸਟੂਡੈਂਟ ਨੂੰ ਅਵੇਅਰ, ਜਦ ਤੱਕ ਸਟੂਡੈਂਟ ਨਹੀਂ ਹੁੰਦਾ ਅਵੇਅਰ ਹੋਣ ਦੀ, ਇਹੀ ਅਸੀਂ ਰਿਕੁਐਸਟ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ ਵੀ ਇੰਟਰਨੈਟ 'ਤੇ ਹਰ ਚੀਜ਼ ਅਵੇਲੇਬਲ ਹੈ ਉਹਨੂੰ ਦੇਖੋ। ਇਹੀ ਲਵੀਸ਼ ਜੀ ਨੇ ਤੁਹਾਨੂੰ ਦੱਸਿਆ ਵੀ ਨਿਊਜ਼ੀਲੈਂਡ ਸਮਝਣ ਦੀ ਲੋੜ ਹੈ, ਨਿਊਜ਼ੀਲੈਂਡ ਵੀਜ਼ਾਜ਼ ਦੇ ਰਿਹਾ ਵਿਦਆਊਟ ਆਈਲੈਟਸ ਦਿੰਦਾ,
ਬਟ ਇਹ ਦੇਖਣ ਦੀ ਲੋੜ ਹੈ ਉਹਦੀ ਪ੍ਰੋਫਾਈਲ ਕੀ ਹੈ, ਪ੍ਰੋਫਾਈਲ ਬਾਰੇ ਅਸੈਸਮੈਂਟ ਕਰਾਉਣੀ ਹੈ, ਕੋਈ ਇਨਫੋਰਮੇਸ਼ਨ ਚਾਹੀਦੀ ਹੈ। ਫਿਊਚਰ ਪੁਆਇੰਟ ਦੇ ਨੰਬਰ ਡਿਸਪਲੇ ਕੀਤੇ ਜਾ ਰਹੇ ਨੇ, ਨੰਬਰ 'ਤੇ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਜਾਂ ਇਹਨਾਂ ਦੇ ਐਡਰੈਸ 'ਤੇ ਵਿਜ਼ਿਟ ਕਰਕੇ ਅਲੱਗ ਅਲੱਗ ਬ੍ਰਾਂਚਿਸ ਦੇ ਵਿੱਚ ਤੁਸੀਂ ਅਸੈਸਮੈਂਟ ਕਰਵਾ ਕੇ ਆਪਣੀ ਆਪਸ਼ਨਸ ਜਿਹੜੀਆਂ ਨੇ ਉਹ ਜਾਣ ਸਕਦੇ ਹੋ, ਕਿਹੜੀ ਕਿਹੜੀ ਕੰਟਰੀ ਦੀ ਆਪਸ਼ਨ ਜਿਹੜੀ ਹੈ ਤੁਹਾਡੇ ਲਈ ਬਣ ਸਕਦੀ ਹੈ। ਲਵੀ ਜੀ, 2 ਮਿੰਟ ਦਾ ਸਮਾਂ ਬਚਿਆ, ਇਹ ਚਾਹੁੰਦਾ ਜਿਹੜਾ ਤੁਹਾਡਾ ਨਿਚੋੜ ਐਕਸਪੀਰੀਅੰਸ ਨਿਊਜ਼ੀਲੈਂਡ ਜਾਣ ਵਾਲੇ ਬੱਚੇ ਲਈ ਕੀ ਕਹਿੰਦਾ, ਅੱਜ ਨਿਊਜ਼ੀਲੈਂਡ ਜਾਣ ਵਾਲੇ ਬੱਚੇ ਨੂੰ ਏਮ ਕੀ ਰੱਖ ਕੇ ਜਾਣਾ ਚਾਹੀਦਾ ਅਤੇ ਸੋਚ ਕੀ ਹੋਣੀ ਚਾਹੀਦੀ ਹੈ? ਅਗਰ ਇੱਕ ਬੱਚਾ ਅੱਜ ਨਿਊਜ਼ੀਲੈਂਡ ਜਾ ਰਿਹਾ ਨਾ, ਫੋਰ ਐਗਜ਼ਾਮਪਲ, ਉਹ ਕਹਿੰਦਾ ਹੈ ਜੀ ਮੈਂ ਅੱਛਾ ਕੈਨੇਡਾ ਜਾ ਰਿਹਾ ਸੀ, ਇੰਨੇ ਸਾਲ ਮੇਰੀ ਪੀਆਰ ਨੂੰ ਲੱਗਣੇ ਆ, ਆਸਟ੍ਰੇਲੀਆ ਜਾ ਰਿਹਾ ਮੈਂ ਇੰਨੇ ਸਾਲ ਲੱਗਣੇ ਆ, ਮੈਂ ਇੰਗਲੈਂਡ ਜਾ ਰਿਹਾ ਉੱਥੇ ਬਹੁਤ ਹੀ ਜ਼ਿਆਦਾ ਟਫ ਹੈ ਸਿਸਟਮ। ਮਾਫ਼ ਕਰਨਾ, ਇੱਥੇ ਰੋਕਣਾ ਚਾਹੂੰਗਾ, ਪੀਆਰ ਦਾ ਸਵਾਲ ਹਮੇਸ਼ਾ ਹੁੰਦਾ ਵੀ ਕੋਰਸ ਉਹ ਦੇ ਦੀ ਜੇ ਪੀਆਰ ਮਿਲ ਜੇ, ਪੀਆਰ ਮਿਲ ਜੇ, ਆਪ ਸਟੱਡੀ ਕਰੇ ਨਾ ਕਰੇ, ਸਟੱਡੀ ਬਾਰੇ ਇਨਫੋਰਮੇਸ਼ਨ ਨਹੀਂ ਲੈਣੀ, ਮੇਰੇ ਕੋਰਸ ਸਬਜੈਕਟ ਕਿਹੜੇ ਨੇ, ਕਾਲਜ ਕਿਹੜਾ। ਉਹਨੇ ਅੱਜ ਕੋਰਸ ਲੈਣਾ ਹੈ ਨਾ ਬੱਚੇ ਨੇ, ਉਹਨੇ ਇਹ ਨਹੀਂ ਦੇਖਣਾ ਕਿ ਮੇਰੀ ਬੈਕ ਸਟੱਡੀ ਕੀ ਸੀ, ਫਰਦਰ ਉਹਦੇ ਨਾਲ ਰੈਲੀਵੈਂਟ ਕੀ ਸਟੱਡੀ ਮਿਲੂਗੀ। ਸਾਡੇ ਜੀ ਪਿੰਡੋਂ ਉਹ ਮੁੰਡਾ ਗਿਆ ਸੀ, ਇੰਨੇ ਸਾਲ ਹੋ ਗਏ ਉਹਦੀ ਪੀਆਰ ਹੋ ਗਈ, ਮੈਂ ਉਸੇ ਕੋਰਸ 'ਚ ਜਾਣਾ, ਉਹ ਆਲਰੇਡੀ ਉੱਥੇ ਹੈਗਾ ਵਾ, ਤੇ ਉਹ ਕਹਿੰਦਾ ਜੇ ਤੂੰ ਇੱਥੇ ਆਣਾ ਹੈ ਤਾਂ ਇਸੇ ਕੋਰਸ ਦੇ ਵਿੱਚ ਆਈ, ਜਦਕਿ ਨਾ ਉਹਦੀ ਉਹ ਬੈਕ ਸਟੱਡੀ ਬਣਦੀ ਹੁੰਦੀ ਆ, ਅਸੀਂ ਉਹਨੂੰ ਮਨਾ ਕਰਦੇ ਹਾਂ, ਉਹ ਫਿਰ ਕਿਸੇ ਕੋਲ ਜਾਂਦਾ ਹੈ, ਤੇ ਉਹਦਾ ਵੀਜ਼ਾ ਰਿਫਿਊਜ਼ ਹੁੰਦਾ। ਰੀਜ਼ਨ ਬੀਇੰਗ ਹੈ ਕਿ ਅੰਬੈਸੀ ਨੇ ਵੀ ਜਦੋਂ ਵੀਜ਼ਾ ਦੇਣਾ ਹੈ, ਨੈਚੁਰਲ ਹੈ ਬੈਕ ਸਟੱਡੀ ਨੂੰ ਨਾਲ ਗਿੰਦੇ ਹੋਏ, ਰੈਲੇਵੈਂਸੀ ਜ਼ਰੂਰੀ ਹੈ, ਜ਼ਰੂਰੀ ਹੈ, ਈਵਨ ਪਹਿਲਾਂ ਵੀ ਰੈਲੇਵੈਂਸੀ ਜ਼ਰੂਰੀ ਹੈ, ਸਟੱਡੀ ਦੇ ਨਾਲ ਜਦੋਂ ਆਨ ਜੋਬ ਤੁਸੀਂ ਆਫਟਰ ਵੀਜ਼ਾ ਕਰਦੇ ਹੋ, ਸਟੱਡੀ ਕਰਦੇ ਹੋ, ਵਰਕ ਕਰਦੇ ਹੋ, ਉਹ ਵੀ ਜ਼ਰੂਰੀ ਹੈ ਜੀ, ਬਿਲਕੁਲ। ਸੋ ਹਰ ਚੀਜ਼ ਰੈਲੇਵੈਂਸੀ ਜ਼ਰੂਰੀ ਹੈ, ਸਮਝਣ ਦੀ ਲੋੜ ਹੈ, ਪੀ ਆਰ ਸਟੱਡੀ ਵਰਕ ਸੈਟਲ ਪਾਲਿਸੀ ਹੈ, ਬਟ ਪਹਿਲਾਂ ਸਟੱਡੀ, ਪਹਿਲਾਂ ਐਜੂਕੇਸ਼ਨ, ਵੀਜ਼ਾ ਮਿਲ ਰਿਹਾ, ਐਂਟਰੀ ਮਿਲ ਰਹੀ ਹੈ, ਕੰਪਲੀਟ ਹੋਏਗੀ ਤੇ ਬੱਚਾ ਪੀ ਐਸ ਡਬਲਿਊ ਦੇ ਵਿੱਚ ਜਾ ਕੇ ਸੇਮ ਫੀਲਡ ਦੇ ਵਿੱਚ ਇੱਕ ਚੰਗੀ ਜੋਬ ਲੈ ਪਾਏਗਾ। ਪਹਿਲੇ ਹਮੇਸ਼ਾ ਪੁਆਇੰਟ ਸਟੱਡੀ ਰਿਹਾ, ਸਟੂਡੈਂਟ ਦੇ ਤੌਰ ਤੇ ਤੁਹਾਨੂੰ ਸਟੂਡੈਂਟ ਵੀਜ਼ਾ ਦਿੱਤਾ ਜਾ ਰਿਹਾ, ਐਂਟਰੀ ਦਿੱਤੀ ਜਾ ਰਹੀ ਹੈ, ਜਦ ਤੱਕ ਤੁਸੀਂ ਉਹ ਪਾਰ ਨਹੀਂ ਕਰਦੇ, ਪੀ ਐਸ ਡਬਲਿਊ ਨਹੀਂ ਲੈ ਸਕਦੇ, ਪੀ ਆਰ ਤੱਕ ਦਾ ਰਸਤਾ ਨਹੀਂ ਤੈਅ ਹੋਣਾ, ਪਹਿਲ ਸਟੱਡੀ ਵੱਲ ਸੀਰੀਅਸ ਹੋ ਕੇ ਆਪਣਾ ਸੋਚੋ ਤੇ ਹਮੇਸ਼ਾ ਲੀਗਲ ਵੇਅ ਤਿਆਰ ਕਰਕੇ ਜਾਣ ਦੀ ਜਿਹੜੀ ਹੈ ਕੋਸ਼ਿਸ਼ ਕਰੋ ਤੇ ਜਾਣਾ ਚਾਹੀਦਾ ਵੀ ਹੈ। ਲਵੀ ਜੀ, ਅੱਜ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ ਜਿਹਨਾਂ ਸਦਕਾ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ। ਕੱਲ੍ਹ ਇਸੇ ਸ਼ੋਅ ਨੂੰ 3:30 ਵਜੇ ਫਿਰ ਮੁੜ ਪ੍ਰਸਾਰਿਤ ਕਰਾਂਗੇ, ਜੇ ਕੋਈ ਲੇਟ ਜੁੜਿਆ ਤਾਂ ਇਸ ਸ਼ੋਅ ਨੂੰ ਕੱਲ੍ਹ 3:30 ਵਜੇ ਦੇਖ ਸਕਦਾ, ਜਾਂ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦਾ। ਇਸ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਕੱਲ੍ਹ ਨਵੀਆਂ ਗੱਲਾਂ ਲੈ ਕੇ ਨਵੇਂ ਸਵਾਲ ਜਵਾਬ ਨਵੇਂ ਐਕਸਪਰਟ ਦੇ ਨਾਲ ਫਿਰ ਸਾਰਾ ਹਾਜ਼ਰ ਹੋਵਾਂਗੇ। ਉਹਨੇ ਦੇਰੀ ਆਪਣੇ ਦੋਸਤਾਂ ਬੰਨੇ ਦਿਓ ਜਾਦਵ, ਸਤਿ ਸ਼੍ਰੀ ਅਕਾਲ।